ਜਗਰਾਉਂ ਦੇ ਵਿੱਚ ਇੱਕ ਅਜਿਹੇ ਬਜ਼ੁਰਗ ਦੇ ਨਾਲ ਤੁਹਾਡੀ ਮੁਲਾਕਾਤ ਕਰਵਾ ਰਹੇ ਹਾਂ ਜਿਨ੍ਹਾਂ ਦੇ ਵੱਲੋਂ ਪੜ੍ਹਾਈ ਦਾ ਐਸਾ ਜਨੂੰਨ ਆਪਣੇ ਅੰਦਰ ਪਾਲਿਆ ਗਿਆ ਤੇ ਐਸੇ ਜਨੂੰਨ ਦੇ ਨਾਲ ਪੜ੍ਹਾਈ ਕੀਤੀ ਗਈ ਤੇ ਉਹਨਾਂ ਦੇ ਵੱਲੋਂ ਐਸੇ ਜਨੂੰਨ ਦੇ ਵਿੱਚ ਹੁਣ ਤੱਕ 40 ਪਲੱਸ ਡਿਗਰੀਆਂ ਹਾਸਲ ਕਰ ਲਈਆਂ ਗਈਆਂ 80 ਸਾਲ ਦੀ ਉਮਰ ਦੇ ਵਿੱਚ ਹਾਲੇ ਤੱਕ ਪੜ੍ਹਨ ਦਾ ਉਹ ਸ਼ੌਂਕ ਰੱਖਦੇ ਨੇ ਪੜ੍ਹਾਈ ਮੇਰਾ ਕੌਕ ਤਾਂ ਹੈ ਹੀ ਹੈ ਪਰ ਮੈਨੂੰ ਪੜਾਈ ਦੇ ਨਾਲ ਇਸ਼ਕ ਹੈ ਮੈਂ ਪੜਾਈ ਕਦੇ ਵੀ ਇਸ ਕਰਕੇ ਨਹੀਂ ਕੀਤੀ ਕਿ ਸਿਰਫ ਨੌਕਰੀ ਕਰਨੀ ਹੈ ਜਾਂ ਪੈਸੇ ਕਮਾਉਣੇ ਕਿਹਾ ਜਾਂਦਾ ਥੋਨੂੰ ਕਿ ਪੰਜਾਬ ਦਾ ਤੇ ਦੇਸ਼ ਦਾ ਸਭ ਤੋਂ ਵੱਧ ਪੜਿਆ ਲਿਖਿਆ ਇਨਸਾਨ ਕਹ ਸਕਦਾ ਸਭ ਤੋਂ ਵੱਧ ਪੜ੍ਹੇ ਲਿਖੇ ਇਨਸਾਨ ਦੇ ਵੱਲੋਂ ਹਾਲੇ ਤੱਕ ਕਿੰਨੀਆਂ ਡਿਗਰੀਜ਼ ਕੀਤੀਆਂ ਜਾ ਚੁੱਕੀਆਂ ਮੈਂ ਇਹ ਸੁਚੇਤ ਅੰਕ ਤੱਕ ਡਿਗਰੀਆਂ 47 ਡਿਗਰੀਆਂ ਮੇਰੀਆਂ ਹੈ ਲੇਕਿਨ ਅਪਣੇ ਛੋਟੀਆਂ ਡਿਗਰੀਆਂ ਛੱਡ ਵੀ ਰਹੀ ਏ ਤਾਂ ਫਿਰ 41 ਹੈ ਤੇ ਇਸ ਕਰਕੇ ਪਰ ਮੈਂ ਹਾਲੇ ਸਰਟੀਫਾਈਡ ਨਹੀਂ ਮੈਨੂੰ ਪੂਰੀ ਭੁੱਖ ਹੈ ਮੇਰੇ ਮਾਪੇ ਮਦਰ ਮੇਰੇ ਬਿਲਕੁਲ ਅਨਪੜ੍ਹ ਸੀ ਬਾਪ ਮੇਰੇ ਬਾਪੂ ਜੀ ਉਹ ਸਕੂਲ ਬਿਲਕੁਲ ਨਹੀਂ ਗਏ ਲੇਕਿਨ ਗੁਰਦਾਰਾ ਸਾਹਿਬ ਦੇ ਚੁਣ ਪੜਾਈ ਕਰਕੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਪਾਠ ਕਰ ਲੈਂਦੇ ਸੀ ਬਸ ਉੱਥੇ ਤੱਕ ਹੀ ਉਹਨਾਂ ਦੀ ਪੜਾਈ ਸੀ ਹੋਰ ਕੋਈ ਪੜਾਈ ਘਰ ਦੇ ਵਿੱਚ ਕੋਈ ਨਹੀਂ ਸੀ ਮੇਰੀ ਵੱਡੀ ਸਿਸਟਰ ਸੀ ਉਹ ਉਸ ਟਾਈਮ ਚੌਥੀ ਜਮਾਤ ਦੇ ਵਿੱਚ ਪੜ੍ਹਦੀ ਸੀ ਤੇ ਉਹ ਇਹਦੇ ਇਲਾਵਾ ਮੈਂ ਅੰਦਰੋਂ ਅੰਦਰੋਂ ਹੀ ਹੈ ਕੀ ਜੋ ਹੋਈ ਕੇ ਮੈਂ ਪੜਾਂ ਕਿਨ ਪੜਾਂ ਪੂਰੀ ਮੇਰੀ ਭੁੱਖ ਦੂਰ ਨਹੀਂ ਹੋਈ ਕਿ ਮੈਂ ਰੱਜ ਗਿਆ ਇਹ ਪੜਾਈ ਨਾਲ ਨਹੀਂ ਮੈਂ ਹਲੇ ਵੀ ਸੰਤੁਸ਼ਟ ਪੂਰਾ ਨਹੀਂ ਹੈ ਮੇਰੇ ਮਨ ਦੇ ਵਿੱਚ ਇਹ ਰਹਿੰਦਾ ਹੈ ਕਿ ਮੈਂ ਹੋਰ ਪੜਾਂ ਹੋਰ ਪੜਾਂ ਲੇਕਿਨ ਲਾਲ ਫੀਤਾ ਸ਼ਾਹੀ ਆਈ ਈ ਹੈ ਕਿ ਯੂਨੀਵਰਸਿਟੀ ਵਿੱਚ ਪੈਰ ਰੱਖਣਾ ਬੜਾ ਮੁਸ਼ਕਲ ਹੈ ਯੂਨੀਵਰਸਿਟੀ ਵਾਲੇ ਨਿਰੇਲ ਨਹੀਂ ਜਲਦੀ ਜਲਦੀ ਲੱਗਣ ਦੇਣੇ ਕਿ ਤੁਸੀਂ ਤੁਹਾਡੀ ਜੀ ਏ ਜਿਆਦਾ ਹੋ ਗਈ ਕਦੇ ਕਹਿਣਗੇ ਇਹ ਤੁਹਾਨੂੰ ਤੁਸੀਂ ਪ੍ਰਾਈਵੇਟਲੀ ਨਹੀਂ ਕਰ ਸਕਦੇ ਤਦ ਵੀ ਕਿਤੇ ਵੀ ਮੈਂ ਰੈਲੀਜਨ ਦੀਆਂ ਡਿਗਰੀਆਂ ਜਿੱਥੇ ਵੀ ਮੈਨੂੰ ਲੱਗਦਾ ਹੈ ਕਿ ਮੈਂਦੀ ਹੈ ਮੈਂ ਕੁਰਾਨ ਦੀ ਆਦਤ ਵੀ ਕੀਤਾ ਹੋਇਆ ਹੈ ਹਾਂ ਕੁਰਾਨ ਦਾ ਪਰ ਉਹ ਇੱਕ ਚੀਜ਼ ਮੈਨੂੰ ਉਹਨਾਂ ਦੇ ਮੈਂ ਕਰ ਲਿਆ ਕੋਰਸ ਵੀ ਕੀਤਾ ਸਭ ਕੁਝ ਕਿਤਾਬਾਂ ਵਿੱਚ ਪਈਆਂ ਮੇਰੇ ਕੋਲ ਸਭ ਕੁਝ ਇਨਾਮ ਵੀ ਦਿੱਤਾ ਤੂੰ ਕਹਿੰਦੇ ਡਿਗਰੀ ਲੈਣ ਵਾਸਤੇ ਇੱਥੇ ਮਸਜਿਦ ਦੇ ਅੰਦਰ ਆਓ। ਲੁਧਿਆਣੇ ਬੁਲਾਇਆ ਉਹਨਾਂ ਨੇ ਮਸਜਿਦ ਦੇ ਵਿੱਚ। ਤੇ ਮੈਂ ਕਿਹਾ ਮੈਨੂੰ ਇਹ ਮੇਰੇ ਵਾਸਤੇ ਮੁਸ਼ਕਲ ਹੈ ਤੁਸੀਂ ਕੰਪਾਸ ਕੰਪਾਸ਼ਨ ਲਗਣੀ ਹੈ ਇਹ ਨਹੀਂ ਮੈਂ ਕਰਨਾ। ਮੈਂ ਬੈਠੇ ਮਸਜਿਦ ਦੇ ਵਿੱਚ ਚਲੇ ਜਾਣਾ। ਡਿਗਰੀ ਲੈਣ ਦੇ ਲਈ ਤੁਸੀਂ ਇਹਦੇ ਵਿੱਚ ਤੁਸੀਂ ਮੈਨੂੰ ਉੱਤੇ ਜਾ ਕੇ ਆਪ ਦੀ ਜਿਹੜੀ ਇਹ ਮੇਰੇ ਉੱਤੇ ਕੋਈ ਚੀਜ਼ ਤੋਸੋਗੇ ਉਹ ਨਹੀਂ ਮੈਂ ਤੋਸਲਾ। ਤੇ ਇੰਜੀਨੀਅਰਿੰਗ ਦੇ ਵਿੱਚ ਮੈਂ ਪੜ੍ਹਾਈ ਪਹਿਲਾਂ ਸੁਪਰਡੈਂਟ ਨੌਕਰੀ ਪਾਈ ਤਾਂ ਸੁਪਰਡੈਂਟ ਬੀ ਐਂਡ ਆਰ ਗ੍ਰੇਡ 2 ਦੇ ਵਿੱਚ ਕੀਤੀ ਹੈ ਉਸ ਤੋਂ ਬਾਅਦ ਮੈਂ ਐਸਪੀਓ ਬਣ ਗਿਆ ਐਸਪੀਓ ਬਣ ਕੇ ਫਿਰ ਐਸਟੀ ਮੈਂ ਐਸਪੀਓ ਬਣ ਕੇ ਏਜੀ ਕਾਫੀ ਧੀਰ ਕੰਮ ਕਰਦਾ ਰਿਹਾ ਇੰਜੀਨੀਅਰਿੰਗ ਦਾ ਇੰਜੀਨੀਅਰਿੰਗ ਚਾਰਜ ਦਾ ਉਸ ਤੋਂ ਬਾਅਦ ਮੈਂ ਆਪਣਾ ਕੈਡਰ ਚੇਂਜ ਕੀਤਾ ਸਪੈਸ਼ਲ ਸਪਰਾਟਮ ਦੀ ਹੈ ਸਰਵੇਅਰ ਇਹ ਐਸਪੀਓ ਵੀ ਬਣ ਗਿਆ ਐਸਟੀ ਵੀ ਬਣ ਗਿਆ ਐਸਐਸਓ ਵੀ ਬਣ ਗਿਆ एसडब्ल्यू एसडब्ल्यू एसजी ਤੋਂ ਮੈਂ ਰਟਾਇਰ ਹੋਇਆ ਹਾਂ ਫੁਲ ਕਰਨ ਦੇ ਬਰਾਬਰ ਮਿਲਟਰੀ ਦੇ ਮਤਲਬ ਕਰਨਲ ਦੇ ਬਰਾਬਰ ਤੁਸੀਂ ਕਰਨਲ ਦੇ ਬਰਾਬਰ ਮੈਂ ਰਟਾਇਰ ਹੋਇਆ ਹਾਂ ਇਹ ਡਿਗਰੀਆਂ ਸਾਰੀਆਂ ਮੇਰੇ ਰਿਕਾਰਡ ਦੇ ਵਿੱਚ ਕਮੇਟੀ ਦੇ ਵਿੱਚ ਤੁਸੀਂ ਕੋਈ ਚੀਜ਼ ਪਾ ਕੇ ਨਹੀਂ ਦੱਸ ਸਕਦੇ ਤੇ ਉਹਦੇ ਰਿਕਾਰਡ ਦੇ ਵਿੱਚ ਜਾਂਦੀਆਂ ਪਰ ਮੈਂ ਕਿਸੇ ਨੂੰ ਦੱਸਦਾ ਨਹੀਂ ਸੀ ਅੱਛਾ ਜੀ ਤੁਸੀਂ ਇੱਕ ਡਿਊਟੀ ਦੇ ਦੌਰਾਨ ਵੀ ਡਿਊਟੀ ਦੌਰਾਨ ਜੁਗ ਮੈਂ ਪੜਦਾ ਜਾਂ ਜੁਗ ਮੈਂ ਇਗਜ਼ਾਮ ਦੇਣਾ ਇਕ ਜੰਦਾ ਸਨ ਸੀ ਤਾਂ ਆਪਣਾ ਇਗਜ਼ਾਮ ਦੇਣਾ ਛੱਡੋ ਠੀਕ ਹੈ ਤੇ ਫੜ ਨਹੀਂ ਸਮਾਰਦਾ ਸਾਰਿਆਂ ਤੋਂ ਵੱਡੀ ਗੱਲ ਹੈ ਪਰ ਇਹ ਚੀਜ਼ ਇਹੋ ਜੀ ਹੈ ਆਟੋਮੈਟਿਕਲ ਲੋਕਨ ਪਤਾ ਲੱਗ ਜਾਂਦਾ 16 ਡਿਗਰੀਆਂ ਮੇਰੀਆਂ ਐ ਐਮਏ ਦੇ ਵਿੱਚ ਨੇ ਇਹਨਾਂ ਐਮਏ ਦੇ ਵਿੱਚੋਂ ਕਈ ਡਿਗਰੀਆਂ ਕੰਪੋਜ਼ਿਟ ਡਿਗਰੀਆਂ ਵੀ ਐ ਅੱਛਾ ਤੇ ਜਿਨ੍ਹਾਂ ਦੇ ਵਿੱਚ ਮਤਲਬ ਤਿੰਨ ਤਿੰਨ ਸਬਜੈਕਟ ਜਾਂ ਦੋ ਦੋ ਸਬਜੈਕਟ ਹਨ ਬਾਰ ਨੇ ਪਰ ਡਿਗਰੀ ਕੋਈ ਐ ਡਿਗਰੀ ਡਿਗਰੀਆਂ ਐਜ ਐਸ ਡਿਗਰੀਆਂ ਨੰਬਰ ਆਫ ਡਿਗਰੀ ਜਿਹੜੀਆਂ ਸੋਲਾਨੀ ਬੀ ਕਿਹੜੇ ਕਿਹੜੇ ਫੀਲਡ ਦੇ ਵਿੱਚ ਕਿੰਨੀਆਂ ਕਿੰਨੀਆਂ ਡਿਗਰੀਆਂ ਤੁਸੀਂ ਨੇ ਕੀਤੀਆਂ ਹੋਈਆਂ ਨੇ ਯਾਦ ਰਹਿ ਜਾਂਦੀਆਂ ਨੇ ਡਿਗਰੀਆਂ ਯਾਦ ਤਾਂ ਰਹਿ ਜਾਂਦੀਆਂ ਐ ਐਸ ਤਰ੍ਹਾਂ ਤਾਂ ਕੋਈ ਗੱਲੀ ਹੈ ਅਰੇ ਇਹ ਜੂਰ ਹੈ ਬਈ ਉਹ ਸੋਚਣਾ ਪੈਂਦਾ ਹੈ ਹੋਰ ਕਿਹੜੀ ਡਿਗਰੀ ਹੋਰ ਕਿਹੜੀ ਡਿਗਰੀ ਇਹ ਦੇਖਦੇ ਕੋ ਨੰਬਰ ਆਫ ਡਿਗਰੀਜ਼ ਬਹੁਤ ਜ਼ਿਆਦਾ ਹੋ ਗਈਆਂ ਨਾ ਬੜੇ ਇੰਨਾ ਗਏ ਗਿਆ ਇਸ ਕਰਕੇ ਇੱਕ 2 ਡਿਗਰੀਆਂ ਹੋ ਚਾਰ ਆदमी ਦੱਸਦਾ ਮੈਂ ਜੀ ਫਰਾਈਮ ਡਿਗਰੀ ਕੀਤੀ ਸੀ ਹੁਣ ਪਰਿਵਾਰ ਦੇ ਵਿੱਚ ਤੁਹਾਡੇ ਬੱਚੇ ਵੀ ਨੇ ਹੋਰ ਫੈਮਿਲੀ ਵੀ ਜਿਹੜੀ ਹੈਗੀ ਤੇ ਬੱਚਿਆਂ ਦੇ ਨਹੀਂ ਅੱਗੇ ਗ੍ਰੈਂਡ ਚ ਗ੍ਰੈਂਡਚਿਲਡਰਨ ਨੇ ਨਹੀਂ ਕਦੇ ਗਿਆ ਬਾਬਾ ਜੀ ਸਾਡੇ ਵਾਸਤੇ ਵੀ ਛੱਡ ਦੋ ਕੋਸ ਸਾਰਾ ਤੁਸੀਂੋਂ ਵੱਢ ਕੇ ਮੈਂ ਆਪਣੇ ਬੱਚਿਆਂ ਨੂੰ ਮੇਰੇ ਚਾਰ ਬੱਚੇ ਸੀ ਇੱਕ ਵੱਡੀ ਲੜਕੀ ਤੇ ਛੋਟੇ ਚੰਨ ਲੜਕੇ ਔਰ ਇਹਨਾਂ ਨੂੰ ਮੈਂ ਕੋਈ ਟਿਊਸ਼ਨ ਨਹੀਂ ਖਾਈ ਔਰ ਇਹ ਟਿਊਸ਼ਨ ਤਾਂ ਬਿਗੈਰ ਪੜੇ ਹੈ ਬਲਕਿ ਇਹਨਾਂ ਕੋਲੇ ਬੱਚਿਆਂ ਨੇ ਆ ਕੇ ਟਿਊਸ਼ਨ ਜੂਰ ਰੱਖੀ ਰੱਖੀ ਹੈ ਅੱਛਾ ਹਾਂ ਇਹ ਤਾਂ ਦੂਸਰਾ ਹੁਣ ਭੱਟੀ ਮੇਰੀ ਲੜਕੀ ਹੈ ਉਹ ਤਕਰੀਬਨ 14 ਡਿਗਰੀ ਆ ਉਹਦੇ ਕੋਲੇ ਅੱਛਾ ਜੀ ਤੁਹਾਡੇ 베డి ਕੋਲ 베డి ਕੋਲ ਹਾਂ ਡਾਕਟਰ ਹੈ ਮੈਂ ਤਾਂ ਪੀ ਐਚ ਡੀ ਹੈ ਤੇ ਉਹਦੇ 14 ਨਿੱਕੀ ਹੈ ਇਹ ਇਸ ਤੋਂ ਛੋਟੇ ਇਹ ਹੈ ਇਹ ਡਬਲ ਐਮਏ ਡਬਲ ਯੂ ਜੀਸੀ ਔਰ ਐਮਏਡੀ ਔਰ ਪੀਸੀਐਸ ਹੈ ਮੈਂ ਪੁਟਾਨ ਦੇ ਵਿੱਚ ਗਿਆ ਹਾਂ ਜੇ ਬੰਗਲਾਦੇਸ਼ ਪਾਕਿਸਤਾਨ ਜਿਹੜਾ ਪਹਿਲਾਂ ਆਈ ਸੀਗਾ ਉੱਥੇ ਗਿਆ ਹੋਇਆ ਮੈਂ ਚੀਨ ਦੇ ਵਿੱਚ ਗਿਆ ਹੋਇਆ ਮੈਂ ਬਰਮਾ ਦੇ ਵਿੱਚ ਗਿਆ ਹੋਇਆ ਮੈਂ ਤੇ ਇਹ ਸਰਵਿਸ ਦੇ ਦੌਰਾਨੀ ਤੇ ਮੈਨੂੰ ਬਾਹਰ ਜਾਣ ਦੀ ਲਾਲਸਾ ਨਹੀਂ ਹੈ ਔਰ ਦੂਸਰਾ ਪੈਸੇ ਨਾਲ ਮੈਨੂੰ ਇੰਨਾ ਜਿਹਾ ਪਿਆਰ ਨਹੀਂ ਹੈ ਸਾਰੇ ਤੋਂ ਵੱਡੀ ਗੱਲ ਤੁਸੀਂ ਦੇਖੋ ਮੇਰੇ ਘਰ ਮੈਨੇ ਤਾਂ ਇਹ ਸੋਚਣਾ ਹੀ ਸੀ ਪਰ ਭਈ ਪਤਾ ਨਹੀਂ ਇਗਜ਼ਾਮ ਲੈਣ ਆਏ ਆ इवन ਜਦੋਂ ਇਗਜ਼ਾਮ ਲੈ ਇਗਜ਼ਾਮ ਲੈ ਰਹੇ ਨੇ ਉਹ ਕਹਿ ਰਹੇ ਹੋਗੇ ਨਾ ਕਿ ਕੋਈ ਦੂਸਰਾ ਕੋਈ ਚੈੱਕ ਕਰਾ ਰਿਹਾ ਹੈ ਜਫਨਾ ਹੈ ਉਹ ਇਸ ਤਰੀਕੇ ਨਾਲ ਤੇ ਮੈਂ ਕਹਾਂ ਨਹੀਂ ਮੈਂ ਖੁਦ ਇਗਜ਼ਾਮ ਦੇਣ। ਅੰਦਰ ਕਈ ਵਾਰੀ ਇਹ ਕਹਿਣਗੇ ਵੀ ਤੁਸੀਂ ਤੁਹਾਡਾ ਬੱਚਾ ਤੁਸੀਂ ਬਾਹਰ ਜਾਓ ਬੱਚਾ ਇਗਜ਼ਾਮ ਦੇ ਕੇ ਆ ਜਾਊਗਾ। ਮੈਂ ਮੈਂ ਕਿਹ ਬੱਚਾ ਕਿਹੜਾ ਇਗਜ਼ਾਮ ਦੇ ਕੇ ਆਜੂਗਾ ਬੱਚਾ ਤਾਂ ਮੈਂ ਹੀ ਆ। ਸਤਿ ਸ਼੍ਰੀ ਅਕਾਲ ਪੰਜਾਬੀ ਲੋਕ ਚੈਨਲ ਦੇਖ ਰਹੇ ਹੋ ਮੈਂ ਸੰਸਰਦੀਪ ਸਿੰਘ ਹਾਂ ਅਕਸਰ ਅੱਜ ਦੇ ਸਮੇਂ ਦੇ ਵਿੱਚ ਇੱਕ ਬੱਚੇ ਦੇ ਮਾਤਾ ਪਿਤਾ ਦੇ ਵੱਲੋਂ ਉਸ ਨੂੰ ਪੜਨ ਦੇ ਲਈ ਪ੍ਰੇਰਿਤ ਕੀਤਾ ਜਾਂਦਾ ਤੇ ਕਿਹਾ ਜਾਂਦਾ ਕਿ ਜੇਕਰ ਜ਼ਿੰਦਗੀ ਦੇ ਵਿੱਚ ਕੁਝ ਬਣਨਾ ਚਾਹੁੰਦੇ ਹੋ ਤਾਂ ਜਿਆਦਾ ਤੋਂ ਜਿਆਦਾ ਪੜ੍ਹਾਈ ਦੇ ਵੱਲ ਧਿਆਨ ਦਿਓ ਅਕਸਰ ਜਦੋਂ ਇੱਕ ਵਿਦਿਆਰਥੀ ਗ੍ਰੈਜੂਏਸ਼ਨ ਜਾਂ ਜਿਆਦਾ ਤੋਂ ਜਿਆਦਾ ਪੋਸਟ ਗ੍ਰੈਜੂਏਸ਼ਨ ਕਰ ਲੈਂਦਾ ਤਾਂ ਉਸ ਨੂੰ ਕਿਹਾ ਜਾਂਦਾ ਕਿ ਬਹੁਤ ਜ਼ਿਆਦਾ ਪੜ ਚੁੱਕਿਆ ਤੇ ਹੁਣ ਕਿਸੇ ਕੰਮ ਧੰਦੇ ਲੱਗ ਜਾਓ ਤੇ ਆਪਣੀ ਹੋਰ ਜ਼ਿੰਦਗੀ ਦੇ ਵੱਲ ਖਾਸ ਖਾਸ ਖਿਆਲ ਕਰੋ ਪੁਰਾਣੇ ਸਮਿਆਂ ਦੀ ਜੇਕਰ ਗੱਲ ਕਰੀਏ ਤਾਂ ਜ਼ਿਆਦਾਤਰ ਪਰਿਵਾਰਾਂ ਦੇ ਵਿੱਚ ਪੜ੍ਹਾਈ ਲਿਖਾਈ ਦੇ ਵੱਲ ਜ਼ਿਆਦਾ ਧਿਆਨ ਨਹੀਂ ਸੀ ਦਿੱਤਾ ਜਾਂਦਾ ਜ਼ਿਆਦਾਤਰ ਸਾਡੇ ਬਜ਼ੁਰਗ ਬਹੁਤ ਘੱਟ ਪੜ੍ਹੇ ਲਿਖੇ ਨੇ ਪਰ ਅੱਜ ਜਗਰਾਉਂਦੇ ਵਿੱਚ ਇੱਕ ਜਿਹਾ ਬਜ਼ੁਰਗ ਦੇ ਨਾਲ ਤੁਹਾਡੀ ਮੁਲਾਕਾਤ ਕਰਵਾ ਰਹੇ ਹਾਂ ਜਿਨ੍ਹਾਂ ਦੇ ਵੱਲੋਂ ਪੜ੍ਹਾਈ ਦਾ ਐਸਾ ਜਨੂੰਨ ਆਪਣੇ ਅੰਦਰ ਪਾਲਿਆ ਗਿਆ ਤੇ ਐਸੇ ਜਨੂੰਨ ਦੇ ਨਾਲ ਪੜ੍ਹਾਈ ਕੀਤੀ ਗਈ ਤੇ ਉਹਨਾਂ ਦੇ ਵੱਲੋਂ ਇਸੇ ਜਨੂਨ ਦੇ ਵਿੱਚ ਹੁਣ ਤੱਕ 40 ਪਲੱਸ ਡਿਗਰੀਆਂ ਹਾਸਲ ਕਰ ਲਈਆਂ ਗਈਆਂ ਨੇ 80 ਸਾਲ ਦੀ ਉਮਰ ਦੇ ਵਿੱਚ ਹਾਲੇ ਤੱਕ ਪੜਨ ਦਾ ਉਹ ਸ਼ੌਂਕ ਰੱਖਦੇ ਨੇ ਉਹ ਬਜ਼ੁਰਗ ਸਾਡੇ ਨਾਲ ਮੌਜੂਦ ਨੇ ਡਾਕਟਰ ਹਰਦੀਾਲ ਸਿੰਘ ਸਾਡੇ ਨਾਲ ਨੇ ਜਿਹੜੇ ਪੰਜਾਬ ਦੇ ਜਾਂ ਫਿਰ ਦੇਸ਼ ਦੇ ਸਭ ਤੋਂ ਜ਼ਿਆਦਾ ਪੜ੍ਹੇ ਲਿਖੀ ਇੱਕ ਸ਼ਖਸੀਅਤ ਕਹਿ ਸਕਦੇ ਆ ਡਾਕਟਰ ਸਾਹਿਬ ਦੇ ਨਾਲ ਗੱਲ ਕਰਾਂਗੇ ਡਾਕਟਰ ਸਾਹਿਬ ਵੈਗੁਰਜੀਤ ਕਾਲਸਾਹ ਵੈਗੁਰਜੀਤ ਕਾਲਸਾਹ ਵੈਫਤੇ ਡਾਕਟਰ ਸਾਹਿਬ 80 ਸਾਲ ਦੀ ਏਜ ਤੁਸੀਂ ਦੱਸਿਆ ਪੜਾਈ ਦਾ ਹੁਣ ਵੀ ਇੰਨਾ ਜਨੂੰਨ ਪੜਾਈ ਮੇਰਾ ਸ਼ੌਕ ਤਾਂ ਹੈ ਹੀ ਹੈ ਪਰ ਮੈਨੂੰ ਪੜਾਈ ਦੇ ਨਾਲ ਇਸ਼ਕ ਹੈ ਜੀ ਮੈਂ ਪੜਾਈ ਕਦੇ ਵੀ ਇਸ ਕਰਕੇ ਨਹੀਂ ਕੀਤੀ ਕਿ ਸਿਰਫ ਨੌਕਰੀ ਕਰਨੀ ਹੈ ਜਾਂ ਪੈਸੇ ਕਮਾਉਣੇ ਹਨ ਜੀ ਠੀਕ ਹੈ ਮੈਂ ਗਰੀਬ ਘਰ ਨੂੰ ਬਿਲਾੰਗ ਕਰਦਾ ਸੀ ਮੈਂ ਜ਼ਰੂਰ ਪਹਿਲੇ ਪੜਾਈ ਇਹ ਕੀਤੀ ਹੈ ਕਿ ਮੈਂ ਆਪਣੀ ਨੌਕਰੀ ਤੇ ਹੋ ਜਾਵਾਂ ਲੇਕਿਨ ਜਦੋਂ ਨੌਕਰੀ ਤੇ ਮੈਂ ਹੋ ਗਿਆ ਮੈਂ ਇਹ ਖਿਆਲ ਨਹੀਂ ਕੀਤਾ ਕਿ ਮੈਨੂੰ ਇਹ ਕੋਈ ਪੜਾਈ ਜਿਹੜੀ ਹੈ ਕੀ ਫਾਇਦਾ ਦੇਗੀ ਮੈਨੂੰ ਇਹ ਸੀ ਕਿ ਪੜਨਾ ਹੈ ਪੜ ਕੇ ਆਪਣਾ ਪੜਾਈ ਦਾ ਸਟੈਂਡਰਡ ਉੱਚਾ ਕਰਨਾ ਤਾਂ ਜੋ ਡਿਸੀਜਨ 메ਕਿੰਗ ਕਪੈਸਿਟੀ ਮੇਰੇ ਵਿੱਚ ਜਿਆਦਾ ਤੋਂ ਜਿਆਦਾ ਆ ਜਾਵੇ ਇਸ ਕਰਕੇ ਮੈਂ ਸਰਵਸੇ ਵਿੱਚ ਪਰ ਆਹ ਦਿਨਾਂ ਨਾਲ ਮੈਨੂੰ ਬਹੁਤ ਫਾਇਦਾ ਵੀ ਹੋਇਆ ਕਿਉਂਕਿ ਵੱਡੇ ਵੱਡੇ ਡਿਸੀਜਨ ਲੈਣੇ ਹੁੰਦੇ ਆ ਅਰਬਾਂ ਕਰੋੜਾਂ ਰੁਪਈਆ ਦੀਆਂ ਪੇਮੈਂਟ ਕਰਨੀਆਂ ਹੁੰਦੀਆਂ ਕਿ ਮੈਂ ਕੋਈ ਵੀ ਡਿਸੀਜਨ ਹੈ ਬਹੁਤ ਜਲਦੀ ਪ੍ਰੋਂਪਟਲੀ ਲੈ ਸਕਦਾ ਸੀ ਇਹ ਮੈਨੂੰ ਸਭ ਤੋਂ ਜ਼ਿਆਦਾ ਇਹਦਾ ਪੜ੍ਹਾਈ ਦਾ ਫਾਇਦਾ ਹੋਇਆ ਸਰ ਕਿਹਾ ਜਾਂਦਾ ਤੁਹਾਨੂੰ ਕਿ ਪੰਜਾਬ ਦਾ ਤੇ ਦੇਸ਼ ਦਾ ਸਭ ਤੋਂ ਵੱਧ ਪੜਿਆ ਲਿਖਿਆ ਇਨਸਾਨ ਕਹਿ ਸਕਦੇ ਆ ਸਭ ਤੋਂ ਵੱਧ ਪੜੇ ਲਿਖੇ ਇਨਸਾਨ ਦੇ ਵੱਲੋਂ ਹਾਲੇ ਤੱਕ ਕਿੰਨੀਆਂ ਡਿਗਰੀਜ਼ ਕੀਤੀਆਂ ਜਾ ਚੁੱਕੀਆਂ ਆ ਮੈਂ ਇਹ ਸੋਚਾ ਤਾਂ तकरीबन 47 ਡਿਗਰੀਆਂ ਮਿਲੀਆਂ ਹੈ ਅੱਛਾ ਜੀ ਲੇਕਿਨ ਆਪਾਂ ਜੀ ਛੋਟੀਆਂ ਡਿਗਰੀਆਂ ਛੱਡ ਵੀ ਲਈਏ ਤਾਂ ਫਿਰ 41 ਹੈ ਅੱਛਾ ਜੀ ਹਾਂ ਜੀ ਤੇ ਇਸ ਕਰਕੇ ਪਰ ਮੈਂ ਹਲੇ ਸਰਟੀਫਾਈਡ ਨਹੀਂ ਅੱਛਾ ਜੀ ਮੈਨੂੰ ਪੂਰੀ ਭੁੱਖ ਹੈ ਪੂਰੀ ਮੇਰੀ ਭੁੱਖ ਦੂਰ ਨਹੀਂ ਹੋਈ ਕਿਉਂਕਿ ਮੈਂ ਰੱਜ ਗਿਆ ਹੈ ਪੜਾਈ ਨਾਲ ਨਹੀਂ ਮੈਂ ਹਲੇ ਵੀ ਸੰਤੋਖਤ ਪੂਰਾ ਨਹੀਂ ਹੈ ਮੇਰੇ ਮਨ ਦੇ ਵਿੱਚ ਇਹ ਰਹਿੰਦਾ ਹੈ ਕਿ ਮੈਂ ਹੋਰ ਪੜਾਂ ਹੋਰ ਪੜਾਂ ਲੇਕਿਨ ਲਾਲ ਫੀਤਾ ਸ਼ਾਹੀ ਐਦੀ ਹੈ ਕਿ ਯੂਨੀਵਰਸਿਟੀ ਵਿੱਚ ਪੈਰ ਰੱਖਣਾ ਬੜਾ ਮੁਸ਼ਕਲ ਹੈ ਯੂਨੀਵਰਸਿਟੀ ਵਾਲੇ ਨੀੜੇ ਨਹੀਂ ਜਲਦੀ ਜਲਦੀ ਲੱਗਣ ਦਿੰਦੇ ਕਿ ਤੁਸੀਂ ਤੁਹਾਡੀ ਜੀ ਏਜ ਜ਼ਿਆਦਾ ਹੋ ਗਈ ਕਦੇ ਕਹਿਣਗੇ ਇਹ ਤੁਹਾਨੂੰ ਤੁਸੀਂ ਪ੍ਰਾਈਵੇਟਲੀ ਨਹੀਂ ਕਰ ਸਕਦੇ ਕਦੇ ਕਹਿਣਗੇ ਇਹ ਜਿਹੜੀ ਦੂਸਰਾ ਐਡਮਿਸ਼ਨ ਜਿਹੜੀ ਹੈ ਰੈਗੂਲਰ ਲੈਣੀ ਚਾਹੀਦੀ ਹੈ ਤੁਸੀਂ ਰੈਗੂਲਰ ਆ ਨਹੀਂ ਸਕਦੇ ਕਿਉਂਕਿ ਤੁਹਾਡੀ ਏਜ ਨਹੀਂ ਹੈ ਇਸ ਤਰੀਕੇ ਨਾਲ ਮੁਸ਼ਕਲ ਹੈ ਪਰ ਮੈਂ ਫਿਰ ਵੀ ਯੂਨੀਵਰਸਿਟੀਆਂ ਨਾਲ ਕੰਟੈਕਟ ਹੁਣ ਵੀ ਕਰਦਾ ਰਹਿਣਾ ਇੱਕ ਯੂਨੀਵਰਸਿਟੀ ਨਹੀਂ ਮੈਨੂੰ ਕੋਈ ਕਹੇ ਨਾ ਦੱਖਣ ਦੇ ਵਿੱਚ ਕੋਈ ਯੂਨੀਵਰਸਿਟੀ ਮੈਂ ਉਹਦੇ ਨਾਲ ਵੀ ਕੰਟੈਕਟ ਕਰਾਂਗਾ ਤੇ ਕੋਈ ਲੈਂਗੁਏਜ ਦਾ ਚਾਹੇ ਹੋਵੇ ਚਾਹੇ ਕਿਸੇ ਧਰਮ ਦਾ ਹੋਵੇ ਮੈਨੂੰ ਇਹ ਨਹੀਂ ਹੈ ਸਿੱਖੀ ਜਮ ਵੀ ਆ ਕੀਤਾ ਹੋਇਆ ਪਰ ਇਹਦੇ ਇਲਾਵਾ ਮੈਂ ਅਦਰ ਰਿਲੀਜੀਅਨ ਦੀ ਵੀ ਸਟੱਡੀ ਕੀਤੀ ਹੋਈ ਹੈ ਔਰ ਮੈਨੂੰ ਕਿਸੇ ਚੀਜ਼ ਦੀ ਵੀ ਮੈਂ ਹੁਣੇ ਹੀ ਰੀਸੈਂਟਲੀ ਇੱਕ ਲੈਟਰ ਹਿੰਦੂ ਯੂਨੀਵਰਸਿਟੀ ਨੂੰ ਲਿਖਿਆ ਸੀ ਤੇ ਉਹਨਾਂ ਨੂੰ ਕਿਉਂਕਿ ਉਹਨਾਂ ਨੇ ਇੱਕ ਸ਼ੁਰੂ ਕੀਤਾ ਸੀ ਇਸ ਪਰ ਹਿੰਦੂਇਜ਼ਮ ਦੇ ਉੱਪਰ ਡਿਗਰੀ ਐਮਏ ਡਿਗਰੀ ਤੇ ਮੈਂ ਉਹਨਾਂ ਨੂੰ ਲਿਖਿਆ ਵੀ ਮੈਂ ਡਿਗਰੀ ਕਰਨਾ ਚਾਹੁੰਨਾ ਪਰ ਹਾਲੇ ਤੱਕ ਉਹਨੇ ਜਵਾਬ ਨਹੀਂ ਦਿੱਤਾ ਅੱਛਾ ਸਰ ਕੋਈ ਟਾਰਗੇਟ ਲੈ ਕੇ ਚੱਲੇ ਹੋਏ ਹੋ ਤੁਸੀਂ ਕਿਹਾ ਕਿਉਂਕਿ ਹਲੇ ਤੱਕ ਮੈਂ ਸੈਟੀਸਫਾਈ ਨਹੀਂ ਹੋਇਆ 80 ਸਾਲ ਦੇ ਉੱਪਰ ਦੀ ਉਮਰ ਹੋ ਚੁੱਕੀ ਆ 47 ਡਿਗਰੀਜ਼ ਜਿਹੜੀ ਇੱਕ ਵੱਡੀ ਗੱਲ ਆ ਹਨਾ ਕੋਈ ਟਾਰਗੇਟ ਸੈੱਟ ਕੀਤਾ ਹੋਇਆ ਲਾਈਫ ਦੇ ਵਿੱਚ ਟਾਰਗੇਟ ਮੈਂ ਇਹ ਨਹੀਂ ਸੈੱਟ ਕੀਤਾ ਹੋਇਆ ਕਿ ਮੈਂ ਕੋਈ ਡਿਗਰੀਆਂ ਮੈਂ ਇਹ ਥੀਸ ਟਾਰਗੇਟ ਕੀਤਾ ਕਿ ਕਿਸੇ ਵੀ ਡਿਗਰੀ ਦੇ ਵਿੱਚੋਂ ਕੋਈ ਨਾ ਕੋਈ ਸਾਨੂੰ ਜਰੂਰ ਮਿਲਦਾ ਹੈ ਸਿੱਖਣ ਨੂੰ ਤੇ ਖਾਸ ਕਰਕੇ ਪਰਮਾਤਮਾ ਦੀ ਭਾਲ ਦੇ ਵਿੱਚ ਮੈਂ ਜਿੰਨੀਆਂ ਡਿਗਰੀਆਂ ਵੀ ਕੀਤੀਆਂ ਤੁਸੀਂ ਆਪ ਹੀ ਸੋਚੋ ਇਕਨੋਮਿਕਸ ਜਿਹੜਾ ਇੰਨਾ ਰੁੱਖਾ ਜਿਹਾ ਸਬਜੈਕਟ ਹੈ ਲੇਕਿਨ ਉਹਦੇ ਵਿੱਚ ਵੀ ਜੇ ਤੁਸੀਂ ਦੇਖੋ ਇੱਕ ਜਗ੍ਹਾ ਤੇ ਆ ਕੇ ਫਿਲਾਸਫਰ ਕਹਿ ਦਿੰਦਾ ਕਿ ਇਟ ਇਜ਼ ਗੋਡ ਇਜ਼ ਪੈਰਾਡਾਈਸ ਮਾਚਰ ਗੋਡ ਪੈਰਾਡੋਕਸ ਹੈ ਕਿ ਇਸ ਤੋਂ ਅੱਗੇ ਪਰਮਾਤਮਾ ਵੀ ਜਾਣਦਾ ਹੈ ਇਸ ਕਰਕੇ ਕਦੇ ਵੀ ਕਿਤੇ ਵੀ ਮੈਂ ਰੈਲੀਜਨ ਦੀਆਂ ਡਿਗਰੀਆਂ ਜਿੱਥੇ ਵੀ ਮੈਨੂੰ ਲੱਗਦਾ ਕਿ ਮਿਲਦੀ ਹੈ ਮੈਂ ਕੁਰਾਨ ਦੀ ਵਾਸਤੇ ਵੀ ਕੀਤਾ ਹੋਇਆ ਅੱਛਾ ਜੀ ਹਾਂ ਕੁਰਾਨ ਦਾ ਪਰ ਉਹ ਇੱਕ ਚੀਜ਼ ਮੈਨੂੰ ਉਹਨਾਂ ਤੇ ਮੈਂ ਕਰ ਲਿਆ ਕੋਰਸ ਵੀ ਕੀਤਾ ਸਭ ਕੁਝ ਕਿਤਾਬਾਂ ਵਿੱਚ ਪਈਆਂ ਮੇਰੇ ਕੋਲ ਸਭ ਕੁਝ ਇਗਜ਼ਾਮ ਵੀ ਦਿੱਤਾ ਤੇ ਉਹ ਕਹਿੰਦੇ ਡਿਗਰੀ ਲੈਣ ਵਾਸਤੇ ਇੱਥੇ ਮਸਜਿਦ ਦੇ ਅੰਦਰ ਆਓ ਉਲੂਧਿਆਨੇ ਬੁਲਾਇਆ ਉਹਨਾਂ ਨੇ ਮਾਸੇ ਦੇ ਵਿੱਚ ਅੱਛਾ ਤੇ ਮੈਂ ਕਹਿੰਦਾ ਇਹ ਮੇਰੇ ਵਾਸਤੇ ਮੁਸ਼ਕਲ ਹੈ ਤੁਸੀਂ ਕੰਪੈਸ਼ਨ ਕੰਪੈਸ਼ਨ ਲੋਣੇ ਹੋ ਇਹ ਨਹੀਂ ਮੈਂ ਕਰਨਾ ਮੈਂ ਬੈਸੀ ਮਸਜਿਦੇ ਵਿੱਚ ਚਲੇ ਜਾਣਾ ਅੱਛਾ ਵੀ ਡਿਗਰੀ ਲੈਣ ਦੇ ਲਈ ਤੁਸੀਂ ਡਿਗਰੀ ਦੇ ਵਿੱਚ ਤੁਸੀਂ ਮੈਨੂੰ ਉੱਤੇ ਜਾ ਕੇ ਆਪ ਦੀ ਜਿਹੜੀ ਇਹ ਮੇਰੇ ਉੱਤੇ ਕੋਈ ਚੀਜ਼ ਠੋਸੋਗੇ ਉਹ ਨਹੀਂ ਮੈਂ ਠੋਸਣਾ ਚਾਹੁੰਦਾ ਮੈਂ ਕਿਉਂਕਿ ਮੈਂ ਆਦਮੀ ਧਰਮ ਸਾਰੇ ਇੱਕੋ ਹੈ ਸਾਰੇ ਧਰਮ ਬਰਾਬਰ ਹੈ ਪਰ ਪੌੜੀਆਂ ਕੋਈ ਕੋਈ ਪੌੜੀ ਚੜਦਾ ਕੋਈ 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 ਪੌੜੀ ਚੜਦਾ ਇੱਕ ਆਦਮੀ ਦੋ ਪੌੜੀਆਂ ਚੜ ਕੇ ਇਕੱਠੇ ਨਹੀਂ ਚੜ ਸਕਦਾ ਬਿਲਕੁਲ ਵਿਚਾਨੋਂ ਫਟ ਜਾਏਗਾ ਤੇ ਇਸ ਕਰਕੇ ਆਦਮੀ ਨੂੰ ਇਹ ਹੁੰਦਾ ਹੈ ਵੀ ਮੈਂ ਪੌੜੀ ਚੜਨਾ ਹੈ ਮੈਂ ਜਿੱਥੇ ਉੱਚੇ ਜਾ ਸਕਾਂ ਜਾ ਸਕਾਂ ਤੇ ਮੈਂ ਇੱਕ ਪੌੜੀ ਫੜੀਏ ਮੈਂ ਉਸ ਤੋਂ ਚੜੇ ਬਿਲਕੁਲ ਅੱਛਾ ਸਰ ਇੰਨੀ ਇੰਨੇ ਸਾਲ ਦੀ ਏਜ ਦੇ ਵਿੱਚ ਉਹ ਚਿੰਗ ਰੱਖਣੀ ਬਹੁਤ ਜ਼ਰੂਰੀ ਹੋ ਜਾਂਦੀ ਉਹ ਜੋਸ਼ ਰੱਖਣਾ ਬੜਾ ਜ਼ਰੂਰੀ ਹੋ ਜਾਂਦਾ ਕਿ ਕਿਤੇ ਨਾ ਕਿਤੇ ਤਾਂ ਚਿੰਗ ਲੱਗੀ ਹੋएगी ਕਿਉਂਕਿ ਜੇਕਰ ਬਜ਼ੁਰਗਾਂ ਦੀ ਗੱਲ ਕਰ ਲਈਏ ਤਾਂ ਜਿਆਦਾ ਪੜੇ ਲਿਖੇ ਨਹੀਂ ਸੀ ਹੁੰਦੇ ਜੇਕਰ ਪੁਰਾਣੇ ਸਮਿਆਂ ਦੇ ਵਿੱਚ ਝਾਤ ਮਾਰੀਏ ਫੈਮਿਲੀ ਬੈਕਗ੍ਰਾਉਂਡ ਜਾਨਣਾ ਚਾਹਾਂਗੇ ਫੈਮਿਲੀ ਪੜੀ ਲਿਖੀ ਸੀ ਜਿੱਥੋਂ ਤੁਹਾਨੂੰ ਇਹ ਚਿੰਗ ਲੱਗੀ ਜਾਂ ਕੀ ਐਸਾ ਵਰਤਾਰਾ ਬਣਿਆ ਕਿ ਇੰਨਾ ਜੋਸ਼ ਪੜਾਈ ਦਾ ਆ ਗਿਆ ਕਿ ਹਰਦੀয়াল ਸਿੰਘ ਜੀ ਅੱਜ ਰਿਕਾਰਡ ਬਣਾ ਰਹੇ ਨੇ 80 ਸਾਲ ਦੀ ਉਮਰ ਦੇ ਵਿੱਚ ਵੀ ਪੜ ਪੜ ਰਹੇ ਨੇ ਫੇਲੀ ਗਲਤ ਹੈ ਇਹ ਕਿ ਕੋਈ ਜੋਸ਼ੀੜਾ ਉੱਠਦਾ ਨਾ ਅੰਦਰੋਂ ਉੱਠਦਾ ਹੈ ਬਿਲਕੁਲ ਅੰਦਰੋਂ ਉੱਠਦਾ ਹੈ ਠੀਕ ਹੈ ਉਸ ਨੂੰ ਕੁਛ ਨਾ ਕੁਛ ਕਿਸੇ ਪਾਸਿਓਂ ਕੋਈ ਚਾਬੀ ਮਿਲਣੀ ਚਾਹੀਦੀ ਹੈ ਤਾਂ ਜੋ ਉਹ ਜੋ ਛੁੱਟੇਗਾ ਮੇਰੇ ਮਾਪੇ ਮਦਰ ਮੇਰੇ ਬਿਲਕੁਲ ਅਨਪੜ੍ਹ ਸੀ ਬਾਪ ਮੇਰੇ ਬਾਪੂ ਜੀ ਉਹ ਸਕੂਲ ਬਿਲਕੁਲ ਨਹੀਂ ਗਏ ਲੇਕਿਨ ਗੁਰਦਾਰਾ ਸਾਹਿਬ ਦੇ ਚੁਣੇ ਪੜਾਈ ਕਰਕੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਪਾਠ ਕਰ ਲੈਂਦੇ ਸੀ ਬਸ ਉੱਥੇ ਤੱਕ ਹੀ ਉਹਨਾਂ ਦੀ ਪੜਾਈ ਸੀ ਹੋਰ ਕੋਈ ਪੜਾਈ ਘਰ ਦੇ ਵਿੱਚ ਕੋਈ ਨਹੀਂ ਸੀ ਮੇਰੀ ਵੱਡੀ ਸਿਸਟਰ ਸੀ ਉਹ ਉਸ ਟਾਈਮ ਚੌਥੀ ਜਮਾਤ ਦੇ ਵਿੱਚ ਪੜ੍ਹਦੀ ਸੀ ਕਿ ਉਹ ਇਹਦੇ ਇਲਾਵਾ ਮੈਂ ਅੰਦਰੋਂ ਅੰਦਰੋਂ ਹੀ ਇਹ ਚੀਜ਼ ਹੋਈ ਕਿ ਮੈਂ ਪੜਾਂ ਮੈਂ ਪੜਾਂ ਇੱਕ ਦਫਾ ਮੈਂ ਚਲਿਆ ਗਿਆ ਤੇ ਜਾ ਕੇ ਮੈਨੂੰ ਮੁੜ ਕੇ ਹਾਂ ਟੀਚਰ ਜੀ ਨੇ ਮੇਰੀ ਬਹੁਤ ਮਦਦ ਕੀਤੀ ਅੱਛਾ ਜੀ ਜਿਹੜੇ ਵੀ ਮੈਨੂੰ ਟੀਚਰ ਰਹੇ ਟੀਚਰ ਮੈਨੂੰ ਪੂਰਾ ਵਾਕਫ ਕਰਦੇ ਰਹੇ ਬਿਲਕੁਲ ਸ਼ਾਬਾਸ਼ ਦਿੰਦੇ ਰਹੇ ਇਸ ਕਰਕੇ ਕਈ ਟੀਚਰ ਨੇ ਇਵਨ ਮੈਨੂੰ ਘਰ ਬੜ ਆ ਕੇ ਫ੍ਰੀ ਪੜਾਇਆ ਲੋਕ ਟਿਊਸ਼ਨ ਤੇ ਪੜ੍ਹੇ ਜੇ ਮੈਨੂੰ ਮੁਫਤ ਪੜਾਇਆ ਔਰ ਕਿਤਾਬਾਂ ਵੀ ਮਾਸਟਰ ਨੇ ਲੈ ਕੇ ਦਿੱਤੀਆਂ ਹੈ ਜੀ ਵੀ ਮਾਸਟਰ ਆਏ ਨੇ ਤੇ ਵਧੀਆ ਰਿਹਾ ਸਭ ਕੁਝ ਹਰ ਇੱਕ ਪਾਸੇ ਮਦਦ ਮਿਲਦੀ ਰਹੀ ਪਰ ਜਿ ਉਹ ਅੰਦਰ ਜੇ ਚਿੰਗ ਬੈਠੀ ਸੀ ਫੜਾ ਫੜਾ ਉਹ ਮੇਰੇ ਅੰਦਰੋਂ ਹਾਲ ਤੱਕ ਵੀ ਜਿਹੜੀ ਹੈ 부ਜੀ ਨਹੀਂ ਅੱਛਾ ਤੁਸੀਂ ਕਿਹਾ ਕਿ ਟੀਚਰਸ ਜਿਹੜੇ ਨੇ ਬੁਕਸ ਵੀ ਲੈ ਕੇ ਦਿੰਦੇ ਰੇ ਕੋਈ ਫੈਮਿਲੀ ਬੈਕਗਰਾਉਂਡ ਜਾਂ ਫਾਈਨੈਂਸ਼ੀਅਲ ਤੌਰ ਤੇ ਵੀ ਇੰਨੇ ਸਟਰੋਂਗ ਨਹੀਂ ਸੀ ਮੁਸ਼ਕਲਾਂ ਬਹੁਤ ਆਈਆਂ ਹੋਣੀਆਂ ਚੈਲੰਜਸ ਬਹੁਤ ਆਏ ਹੋਣੇ ਕਿਤੇ ਹਰਦੇਵਾਰ ਸਿੰਘ ਜੀ ਦੇ ਮਨ ਦੇ ਵਿੱਚ ਇਹ ਹੈ ਕਿ ਨਹੀਂ ਹੁਣ ਬਹੁਤ ਹੋ ਗਿਆ ਹੁਣ ਬਸ ਹੈਗਾ ਮੁਸ਼ਕਲਾਂ ਤਾਂ ਪੜ੍ਹਾਈ ਦਾ ਮੇਰਾ ਰਸਤਾ ਬਹੁਤ ਮੁਸ਼ਕਲ ਹੋਇਆ ਥੋੜਾ ਨਹੀਂ ਬਹੁਤ ਮੁਸ਼ਕਲ ਹੋਇਆ ਮੈਂ ਪੜ੍ਹਨ ਦੇ ਵਾਸਤੇ ਬੱਚਿਆਂ ਨੂੰ ਨਾਲ ਨਾਲ ਪੜ੍ਹਾ ਕੇ ਉਹਨਾਂ ਤੋਂ ਹੀ ਕਾਪੀ ਨਹੀਂ ਇੰਜਨੇਸ਼ੀਅਨ ਮੈਨੂੰ ਕਾਗਜ਼ੀ ਦੇ ਦਿੰਦੇ ਸੀ ਮੈਂ ਕਾਗਜ਼ ਝੋੜ ਕੇ ਉਹਨਾਂ ਤੇ ਹੀ ਲਿਖ ਦਿੰਦਾ ਸੀ ਉਹਨਾਂ ਤੇ ਕੰਮ ਕਰਦਾ ਰਿਹਾ ਉਹ ਮਾਸਟਰ ਨੂੰ ਦਿਖਾ ਵੀ ਦਿੰਦਾ ਸੀ ਉਹਦੇ ਉੱਤੇ ਔਰ ਮਾਸਟਰ ਇੱਕ ਖੁਸ਼ੀ ਹੋ ਜਾਂਦੀ ਹੈ ਹੈਂਡਰਾਈਟਿੰਗ ਮੇਰਾ ਬਾਈ ਬਾਈ ਕੁਰੀ ਕਿਰਪਨਾ ਬਹੁਤ ਸੋਹਣਾ ਸੀ ਤੇ ਉਹ ਮਾਸਟਰ ਉਸ ਨੂੰ ਉਹ ਜੇ ਬੱਚੇ ਕਹਿੰਦੇ ਜੀ ਇਹ ਕਾਗਜ਼ ਤੇ ਲਿਖ ਰਿਹਾ ਹੈ ਜੀ ਤੇ ਮਾਸਟਰ ਕਹਿੰਦੇ ਕੋਈ ਗੱਲ ਨਹੀਂ ਲਿਖਿਆ ਕਿ ਨਾ ਸੋਹਣਾ ਹੂੰ ਅੱਛਾ ਰਾਈਟਿੰਗ ਥੋੜੀ ਵਧੀਆ ਸੀਗੀ ਕਿ ਵਧੀਆ ਸੀ ਇਸ ਕਰਕੇ ਮੈਨੂੰ ਪੜਾਈ ਦਾ ਠੀਕ ਹੈ ਜਿੰਨੀ ਦੇਰ ਮੈਂ ਸਰਵਿਸ ਤੇ ਨਹੀਂ ਲੱਗਿਆ ਉਨੀਆਂ ਦੇਰ ਮੈਨੂੰ ਜਿਆਦਾ ਮੁਸ਼ਕਲਾਂ ਪੇਸ਼ ਨਹੀਂ ਜਦੋਂ ਮੈਂ ਸਰਵਿਸ ਤੇ ਲੱਗਿਆ ਤਾਂ ਮੈਨੂੰ ਵਾਹਿਗੁਰੂ ਦੀ ਕਿਰਪਾ ਨਾਲ ਵਧੀਆ ਨੌਕਰੀ ਮਿਲ ਗਈ ਪੱਕੀ ਨੌਕਰੀ ਸੀ ਔਰ ਤਰੱਕੀ ਹੁੰਦੀ ਗਈ ਤਰੱਕੀ ਹੁੰਦੀ ਗਈ ਔਰ ਮੈਂ ਪੜ੍ਹਾਈ ਛੱਡੀ ਨਹੀਂ ਫਿਰ ਸਰ ਕਿਹੜੇ ਡਿਪਾਰਟਮੈਂਟ ਦੇ ਵਿੱਚ ਸੀਗੇ ਤੁਸੀਂ ਕਹਿੰਦਾ ਚੰਗੀ ਨੌਕਰੀ ਸੀ ਵਧੀਆ ਸੀ ਕਿਹੜੇ ਡਿਪਾਰਟਮੈਂਟ ਦੇ ਵਿੱਚ ਸੀ ਤੇ ਰਿਟਾਇਰਮੈਂਟ ਕਿਹੜੇ ਅਹੁਦੇ ਤੋਂ ਹੁੰਦੀ ਥੋਡੀ ਉਸ ਡਿਪਾਰਟਮੈਂਟ ਦੇ ਵਿੱਚ ਮੈਂ ਮੀਲਟੀ ਇੰਜੀਨੀਅਰ ਸਰਵਸੇਵ ਸੀ ਅੱਛਾ ਜੀ ਤੇ ਇੰਜੀਨੀਅਰਿੰਗ ਦੇ ਵਿੱਚ ਮੈਂ ਪੜ੍ਹਾਈ ਪਹਿਲਾਂ ਸੁਪਰਡੈਂਟ ਨੌਕਰੀ ਪਹਿਲਾਂ ਸੁਪਰਡੈਂਟ ਬੀ ਐਂਡ ਆਰ ਗ੍ਰੇਡ 2 ਦੇ ਵਿੱਚ ਕੀਤੀ ਹੈ ਉਸ ਤੋਂ ਬਾਅਦ ਮੈਂ ਐਸਯੂ ਬਣ ਗਿਆ ਹਮ ਐਸਯੂ ਬਣ ਕੇ ਫਿਰ ਐਸਯੂ ਮੈਂ ਐਸਯੂ ਬਣ ਕੇ ਏਜੀ ਕਾਫੀ ਧੀਰ ਕੰਮ ਕਰਦਾ ਰਿਹਾ ਇੰਜੀਨੀਅਰਿੰਗ ਦਾ ਜੀ ਇੰਜੀਨੀਅਰਿੰਗ ਚਾਰਜ ਦਾ ਉਸ ਤੋਂ ਬਾਅਦ ਮੈਂ ਆਪਣਾ ਕੈਡਰ ਚੇਂਜ ਕੀਤਾ ਸਪੈਸ਼ਲ ਸਪ੍ਰਾਂਚ ਹੁੰਦੀ ਹੈ ਸਰਵੇਅਰ ਉਹ ਆ ਜਿਹੜੇ ਦੂਰਵੀਨ ਵਾਲੇ ਸਰਵੇਅਰ ਨਹੀਂ ਇਹ ਸਰਵੇਅਰ ਉਹਨੇ ਕਵਾਂਟਿਟਿਊ ਸਰਵੇਅਰ ਕਿ ਬਿਲਡਿੰਗ ਦੇ ਵਿੱਚ ਆਸਮਾਨ ਕਿੰਨਾ ਲੱਗਣਾ ਆ ਕਿੰਨਾ ਲੱਗਣਾ ਕਿੰਨਾ ਲੱਗਣਾ ਕਿੰਨੇ ਪੈਸੇ ਲੱਗਣਗੇ ਇਹ ਐਸਟੀਮੇਟ ਬਣਾਉਣ ਵਾਲੇ ਇੱਥੇ ਚੈੱਕ ਕਰਨਾ ਫਿਰ ਉਸ ਨੂੰ ਤੇ ਇਨਸਪੈਕਸ਼ਨ ਵਗੈਰਾ ਕਰਨੀ ਤੇ ਉਹ ਚੀਜ਼ ਦੇ ਵਿੱਚ ਸਪੈਸ਼ਲਿਸਟ ਬ੍ਰਾਂਚ ਹੁੰਦੀ ਹੈ ਉਹ ਉਹਦੇ ਵਿੱਚ ਚਲਾ ਗਿਆ ਉਹਦੇ ਵਿੱਚ ਚਲਾ ਗਿਆ ਫਿਰ ਐਸਟੂ ਵੀ ਬਣ ਗਿਆ ਐਸਟੂ ਵੀ ਬਣ ਗਿਆ ਐਸਐਸਡੂ ਵੀ ਬਣ ਗਿਆ ਐਸਡਬਲ ਐਸਐਡਬਲ ਐਸਜੀ ਤੋਂ ਮੈਂ ਰਿਟਾਇਰ ਹੋਇਆ ਹਾਂ ਫੁੱਲ ਕਰਨ ਦੇ ਬਰਾਬਰ ਮਿਲਟਰੀ ਦੇ ਮਤਲਬ ਕਰਨਲ ਦੇ ਬਰਾਬਰ ਤੁਸੀਂ ਹਾਂ ਕਰਨ ਦੇ ਬਰਬਰ ਮੈਂ ਰਹਿ ਰਹੇ ਸਰ ਜਦੋਂ ਨਾ ਬੰਦਾ ਨੌਕਰੀ ਲੱਗ ਜਾਂਦਾ ਹੈ ਹਨਾ ਇੱਕ ਹੁੰਦਾ ਕਿ ਆਫੀਸਰ ਜਿਹੜੇ ਕਿਉਂਕਿ ਵੈਸੇ ਵੀ ਮਿਲਟਰੀ ਆਪਣੀ ਡਿਸਪਲਾਈਨ ਦੇ ਲਈ ਜਿਹੜੀ ਜਾਣੀ ਜਾਂਦੀ ਮਸ਼ਹੂਰ ਹੈਗੀ ਆਫੀਸਰਸ ਕਹਿੰਦੇ ਨੇ ਨਹੀਂ ਡਿਊਟੀ ਕਰੋ ਹਨਾ ਤੁਸੀਂ ਸਖਤ ਸਖਤ ਡਿਊਟੀ ਹੈਗੀ ਮਿਲਟਰੀ ਦੀ ਦੇਸ਼ ਦੀ ਸੁਰੱਖਿਆ ਦੀ ਜ਼ਿੰਮੇਵਾਰੀ ਜਿਹੜੀ ਵੱਡੀ ਮੈਨੇਜ ਕਿਸ ਤਰ੍ਹਾਂ ਹੋ ਪਾਉਂਦਾ ਸੀ ਇੱਕ ਪਾਸੇ ਮਿਲਟਰੀ ਦੀ ਸਖਤ ਡਿਊਟੀ ਦੂਜੇ ਪਾਸੇ ਹਰदयाल ਸਿੰਘ ਜੀ ਨੂੰ ਪੜ੍ਹਾਈ ਦਾ ਜਨੂਨ ਦੇਖੋ ਮਿਲਟਰੀ ਦੇ ਵਿੱਚ ਸਰਵਸ ਪਹਿਲਾਂ ਬਾਕੀ ਚੀਜ਼ਾਂ ਕੋਈ ਕੀਮਤ ਨਹੀਂ ਰੱਖਦੀਆਂ ਮੈਂ ਇੱਥੋਂ ਤੱਕ ਮੈਨੂੰ ਸਟੈਂਡਿੰਗ ਪਰਮਿਸ਼ਨ ਮਿਲੀ ਹੋਈ ਸੀ ਕਿ ਮੈਂ ਐਗਜ਼ਾਮ ਦੇਣ ਦੇ ਵਾਸਤੇ ਪਰ ਜੇ ਮੈਨੂੰ ਕੋਈ ਡਿਊਟੀ ਦੇ ਵਿੱਚ ਇਹ ਹੈ ਕਿ ਜੇ ਮੈਂ ਜਾਵਾਂਗਾ ਤਾਂ ਡਿਊਟੀ ਦੇ ਵਿੱਚ ਕੋਈ ਨੁਕਸ ਪਵੇਗਾ ਤਾਂ ਮੈਂ ਐਗਜ਼ਾਮ ਛੱਡ ਦਿੰਦਾ ਸੀ ਨੰਬਰ ਆਫ ਐਗਜ਼ਾਮੀਨੇਸ਼ਨ ਮੈਂ ਛੱਡੇ ਅ اچھا ਅ ਛੱਡ ਕੇ ਮੈਂ ਦੁਬਾਰਾ ਦੁਬਾਰਾ ਉਹ ਕਰਨੇ ਪਏ ਪਰ ਡਿਊਟੀ ਨਹੀਂ ਡਿਊਟੀ ਨਹੀਂ ਮੈਂ ਕਦੇ ਵੀ ਮਿਸ ਕੀਤੀ ਔਰ ਡਿਊਟੀ ਨਾ ਮਿਸ ਕਰਨ ਦਾ ਹੀ ਕਾਰਨ ਹੈ ਕਿ ਮੈਂ 에ਅਰੋਡਰੋਮ ਤੇ ਪਹੁੰਚ ਗਿਆ ਬਿਲਕੁਲ ਬਿਲਕੁਲ ਨਹੀਂ ਤਾਂ 에ਅਰੋਡਰੋਮ ਤੇ ਪਹੁੰਚਣਾ ਸੁਖਾ ਨਹੀਂ ਹੈ اسپੈਸ਼ਲੀ ਮੈਂ ਜਿਸ ਕੋਈ ਜਰਾ ਵੀ ਅਪਰੋਚ ਨਹੀਂ ਸੀ ਇੱਕ ਸਿਰਫ ਮੇਰਾ ਕੰਮ ਹੀ ਅਪਰੋਚ ਸੀ ਬਿਲਕੁਲ ਬਿਲਕੁਲ ਮੇਰਾ ਕੰਮ ਹੀ ਜਿਹੜਾ ਸੀ ਕੰਮ ਹੀ ਜਿਹੜਾ ਮੇਰੀ ਮੇਰੀ ਸਭ ਤੋਂ ਵੱਡੀ ਅਪਰੋਚ ਸੀ ਔਰ ਇੰਨਾ ਮੇਰਾ ਪਿਆਰ ਹੁੰਦੀ ਹੁੰਦਾ ਸੀ ਹਾਈ ਅਫਸਰ ਦੇ ਨਾਲ ਅੱਛਾ ਕਿ ਕੋਈ ਵੀ ਚੀਜ਼ ਹੈ ਉਹਨਾਂ ਨੇ ਜਦੋਂ ਕੋਈ ਗਾਈਡੈਂਸ ਨਹੀਂ ਸੈਂ ਵੀ ਸੈਂਵੀ ਸਾਹਿਬ ਨੂੰ ਮਤਲਬ ਆਮ ਤੌਰ ਤੇ ਪੁੱਛਿਆ ਜਾਂਦਾ ਸੀ ਮੇਰਾ ਬਹੁਤ ਸੈਂਵੀ ਹੈ ਨਾ ਉਹ ਸੈਂਵੀ ਸਾਹਿਬ ਤੋਂ ਔਰ ਮੈਂ ਮੈਨੂੰ ਇੱਕ ਚੀਜ਼ ਦਾ ਥੋੜਾ ਜਿਹਾ ਫਰਕ ਵੀ ਪਿਆ ਕਈ ਵਾਰ ਮੈਂ ਮੈਨੂੰ ਇਹ ਹੁੰਦਾ ਸੀ ਵੀ ਮੇਰੇ ਜਿਹੜੇ ਡਾਕੂਮੈਂਟ ਚੈੱਕ ਕੀਤੇ ਹੋਏ ਅੱਗੇ ਜਾਂਦੇ ਆ ਉਹ ਦੁਬਾਰਾ ਸਕਰੂਟੀ ਨਹੀਂ ਜ਼ਰੂਰ ਹੋਣ ਤਾਂ ਜੋ ਕੋਈ ਗਲਤੀ ਨਾ ਹੋ ਜਾਵੇ ਬਾਅਦ ਵਿੱਚ ਕੋਈ ਲੱਪਣਾ ਵੇਰ ਵਾਹਿਗੁਰੂ ਦੀ ਕਿਰਪਾ ਨਾਲ ਸਭ ਠੀਕ ਰਿਹਾ ਪਰ ਮੇਰੇ ਡਾਕੂਮੈਂਟ ਕੋਈ ਚੈੱਕ ਹੀ ਨਹੀਂ ਕਰਦਾ ਤੁਸੀਂ ਵੀ ਸਭ ਚੈੱਕ ਇਤੇ ਆ ਕਿ ਹੋਰ ਕੀ ਹੋਰ ਇਸ ਤੋਂ ਅੱਗੇ ਕੀ ਨਹੀਂ ਚੈੱਕ ਕਰਨੇ ਅੱਛਾ ਸਰ ਮਤਲਬ ਕਿ ਹੁਣ ਤੁਸੀਂ ਪੜਦੇ ਹੋ ਯਾਦ ਰਹਿ ਜਾਂਦੀਆਂ ਨੇ ਡਿਗਰੀਆਂ ਕਿ ਕਿਹੜੇ ਕਿਹੜੇ ਫੀਲਡ ਦੇ ਵਿੱਚ ਕਿੰਨੀਆਂ-ਕਿੰਨੀਆਂ ਡਿਗਰੀਆਂ ਤੁਸੀਂ ਨੇ ਕੀਤੀਆਂ ਹੋਈਆਂ ਨੇ ਯਾਦ ਰਹਿ ਜਾਂਦੀਆਂ ਨੇ ਡਿਗਰੀਆਂ ਯਾ ਤਾਂ ਰਾਇ ਜੰਮੀ ਐ ਇਸ ਤਰ੍ਹਾਂ ਤਾਂ ਕੋਈ ਨਹੀਂ ਅਰੇ ਇਹ ਜ ਰੂਹ ਰਹਿ ਬਈ ਉਹ ਸੋਚਣਾ ਪੈਂਦਾ ਹੋਰ ਕਿੱਡੀ ਡਿਗਰੀ ਹੋਰ ਕਿੱਡੀ ਡਿਗਰੀ ਇਹ ਦੇਖੋ ਕਿ ਨੰਬਰ ਆਫ ਡਿਗਰੀਜ਼ ਬਹੁਤ ਜ਼ਿਆਦਾ ਹੋ ਗਈਆਂ ਨਾ ਬੜੇ ਇੰਨਾ ਗਏ ਗਏ ਯਾਰ ਇਸ ਕਰਕੇ ਇੱਕ ਡਿਗਰੀ ਹੋ ਤਾਂ ਆਦਮੀ ਦੱਸਦਾ ਮੈਂ ਇਹ ਪ੍ਰائم ਡਿਗਰੀ ਕੀਤੀ ਹੈ ਇਹ ਤਾਂ ਬਹੁਤ ਇਹ ਦੂਸਰੀ ਗੱਲ ਇਹ ਸਾਰਿਆਂ ਤੋਂ ਵੱਡੀ ਹੈ ਇਹ ਡਿਗਰੀਆਂ ਸਾਰੀਆਂ ਮੇਰੇ ਰਿਕਾਰਡ ਦੇ ਵਿੱਚ ਇੱਕ ਕਮਿਟੀ ਦੇ ਵਿੱਚ ਤੁਸੀਂ ਕੋਈ ਚੀਜ਼ ਪਾ ਕੇ ਨਹੀਂ ਰੱਖ ਸਕਦੇ ਤੇ ਉਹਦੇ ਘੜੇ ਦੇ ਵਿੱਚ ਜਾਂਦੀਆਂ ਪਰ ਮੈਂ ਕਿਸੇ ਨੂੰ ਦੱਸਦਾ ਨਹੀਂ ਸੀ ਅੱਛਾ ਜੀ ਉਹ ਡਿਊਟੀ ਦੇ ਦੌਰਾਨ ਵੀ ਡਿਊਟੀ ਦੇ ਦੌਰਾਨ ਜੋ ਮੈਂ ਪੜਦਾ ਜਾਂ ਜੋ ਮੈਂ ਇਗਜ਼ਾਮ ਦੇਣਾ ਮੈਂ ਕਿਸੇ ਨੂੰ ਦੱਸਦਾ ਨਹੀਂ ਸੀ ਮੈਂ ਆਪਣਾ ਇਗਜ਼ਾਮ ਦੇਣਾ ਚਲੋ ਠੀਕ ਹੈ ਤੇ ਕੋਈ ਫੜ ਨਹੀਂ ਸੀ ਮਾਰਦਾ ਸਾਰੀ ਤੋਂ ਵੱਡੀ ਗੱਲ ਹੈ ਪਰ ਇਹ ਚੀਜ਼ ਇਹੋ ਜੀ ਹੈ ਆਟੋਮੈਟਿਕ ਲੋਕਾਂ ਨੂੰ ਪਤਾ ਲੱਗੇ ਪਤਾ ਬੜੇ ਆਪਸ਼ਨ ਨੂੰ ਪਤਾ ਬੜੇ ਆਪਸ ਰਹਿ ਜਾਂ ਕਿਉਂਕਿ ਵਸਲਾ ਲੈਂਦੇ ਸੀ ਈਵਨ ਕਈ ਵਾਰ ਐਪਲੀਕੇਸ਼ਨ ਦਿਖਾਉਣੀ ਆ ਉਹ ਕਹਿੰਦੇ ਸੈਮੀ ਸਾਹਿਬ ਤੱਕ ਦਿਖਾਓ ਹਾਂ ਕਿਉਂਕਿ ਉਹ ਮਲਟੀਫੀਰੀ ਸਟੱਡੀਜ਼ ਹੈ ਉਹਨਾਂ ਦੀ ਉਹਨਾਂ ਨੂੰ ਇਦਾਂ ਨੂੰ ਪਤਾ ਇਦਾਂ ਨੂੰ ਪਤਾ ਕੀ ਫ੍ਰੀ ਫ੍ਰੀ ਹਾਂ ਕੀ ਕੀ ਰਿਪਰਕੂਸੀਸ਼ਨ ਹੋਊਗਾ ਕੀ ਹੋਏਗਾ ਤੇ ਇਸ ਕਰਕੇ ਉਹ ਕੋਈ ਸਲਾਹ ਲੈਣੀ ਹੈ ਤਾਂ ਈਵਨ ਇਹ ਉਹ ਤਾਂ ਇਹ ਡਿਪਾਰਟਮੈਂਟ ਪ੍ਰਾਈਵੇਟ ਐਡਵਾਈਸ ਵੀ ਕਈ ਵਾਰ ਲੋਕ ਨਹੀਂ ਆਉਂਦੇ अच्छा सर ਤੁਸੀਂ ਦੱਸਿਆ ਕਿ ਇੰਜੀਨੀਅਰਿੰਗ ਫੀਲਡ ਸੀਗਾ ਤੁਹਾਡਾ ਹਨਾ ਉਸ ਤੋਂ ਉਸ ਤੋਂ ਇਲਾਵਾ ਵੀ ਅਲਗ-ਅਲਗ ਫੀਲਡ ਦੇ ਵਿੱਚ ਤੁਸੀਂ ਡਿਗਰੀਜ਼ ਕੀਤੀਆਂ ਨੇ ਕਿਹੜੇ-ਕਿਹੜੇ ਫੀਲਡ ਦੇ ਵਿੱਚ ਤੁਹਾਡੀਆਂ ਮੁੱਖ ਤੌਰ ਤੇ ਡਿਗਰੀਜ਼ ਨੇ ਜਿਹੜੀਆਂ ਡਿਗਰੀਜ਼ ਜੇ ਦੇਖੇ ਤਾਂ ਪਹਿਲਾਂ ਤਾਂ ਹਿਊਮਨਿਟੀ ਦੇ ਵਿੱਚ ਮੇਰੀਆਂ ਹੈ ਹੀ ਹੈ ਤੇ ਹਿਊਮਨਿਟੀ ਦੇ ਇਲਾਵਾ ਇੰਜੀਨੀਅਰਿੰਗ ਹੈ ਹੀ ਮੇਰੀ ਕਿਉਂਕਿ ਬੇਸਿਕ ਮੈਂ ਇੰਜੀਨੀਅਰਿੰਗ ਦੇ ਵਿੱਚ ਤੇ ਉੱਪਰ ਮੇਰੀ ਸਰਵਿਸ 베ਸ ਕਰਦੀ ਸੀ ਤੇ ਇਸੇ ਜਗਾ ਫਿਰ ਸਪੈਸ਼ਲ ਬ੍ਰਾਂਚ ਸਰਵੇਅਰ ਦੀ ਹੋਗੀ ਔਰ ਇਸੇ ਮੈਡੀਕਲ ਦੀ ਹੋਗੀ ਅੱਛਾ ਫਿਰ ਲਾ ਹੋ ਗਿਆ ਲਾ ਵੀ ਕੀਤਾ ਹੋਇਆ ਜੀ ਲਾ ਵੀ ਕੀਤਾ ਹੋਇਆ ਐ ਐਰਰ ਵੀ ਕੀਤੀ ਹੋਈ ਹੈ ਇਸ ਦੇ علاوہ ਮੈਨੇਜਮੈਂਟ ਦਾ ਕੀਤਾ ਹੋਇਆ ਤੇ ਅਕਾਊਂਟੈਂਸੀ ਦਾ ਵੀ ਮੇਰਾ ਕੀਤਾ ਹੋਇਆ ਤੇ ਬਾਕੀ ਰਿਜੀਨ ਡਿਗਰੀਆਂ ਵੀ ਕੀਤੀਆਂ ਹੋਈਆਂ ਮਤਲਬ ਮੈਂ ਕਦੀ ਇਹ ਨਹੀਂ ਸੋਚਿਆ ਵੀ ਆ ਡਿਗਰੀ ਆ ਡਿਗਰੀ ਨਹੀਂ ਕਰਨੀ ਹੈ ਰਹੀ ਹੈ ਮੈਨੂੰ ਇਹ ਹੋਵੇ ਵੀ ਡਿਗਰੀ ਮਿਲੇ ਸਹੀ ਪਰਨ ਦਾ ਚਾਂਸ ਐਸੀ ਗੱਲ ਹੋ ਰਹੀ ਹੈ ਕਿ ਡਿਗਰੀ ਦੇ ਵਿੱਚ ਮੇਰਾ ਇੱਕ ਮਕਸਦ ਇੱਕ ਹੋਰ ਵੀ ਹੁੰਦਾ ਸੀ ਆਪਾਂ ਕੋਈ ਚੀਜ਼ ਪੜ੍ਹਦੇ ਆ ਕੋਈ ਕਿਤਾਬ ਪੜ੍ਹਦੇ ਆ ਆਪ ਨੂੰ ਆ ਇੰਟਰਸਟ ਆਉਂਦਾ ਹੈ ਤੇ ਪੜਲੀ ਦੂਜਾ ਇੰਟਰਸਟ ਹੈ ਪੜਲੀ ਆ ਛੱਡੋ ਯਾਰ ਇਹ ਤਾਂ ਬੇਕਾਰ ਪਰ ਜੇ ਤੁਸੀਂ ਐਗਜ਼ਾਮ ਦੇਣਾ ਤੋ ਬੇਕਾਰ ਵਾਲੀ ਵੀ ਪੜ੍ਹਨੀ ਪੈਗੀ ਤੁਹਾਨੂੰ ਪੜ੍ਹਨੀ ਪੈਗੀ ਬਿਲਕੁਲ ਤੇ ਤੁਹਾਨੂੰ ਉਹਦੇ ਚੋਂ ਵੀ ਕੁਛਾਂ ਕੁਛ ਨਾਲਜ ਮਿਲੇਗੀ ਤੇ ਤੁਹਾਨੂੰ ਇਹ ਨਹੀਂ ਹੋਏਗਾ ਵੀ ਚੁਆਇਸ ਹੈ ਮੇਰੀ ਮੈਂ ਤਾਂ ਇਹਨਾਂ ਕਿ ਪੜ੍ਹ ਲਿਆ ਬਾਕੀ ਛੱਡ ਦੋ ਇਹ ਨਹੀਂ ਸਾਰਾ ਕੁਝ ਪੜ੍ਹਨਾ ਪੈਣਾ ਸਾਰਾ ਕੁਝ ਪੜ੍ਹਨਾ ਔਰ ਇੱਕ ਗੱਲ ਹੋਰ ਹੈ ਕਿ ਇਹ ਮੇਰੀ ਮੈਂ ਇੱਕ ਕਿਤਾਬ ਜੀ ਪੜਦਾ ਸੀ ਤਾਂ ਟਾਈਟਲ ਤੋਂ ਲੈ ਕੇ ਬੈਕ ਟਾਈਟਲ ਤੱਕ ਪੜ੍ਹਦਾ ਸੀ ਅੱਛਾ ਜੀ ਕਈ ਲੋਗ ਐਗਜ਼ਾਮ ਦੇ ਟਾਈਮ ਤੇ ਮੈਨੂੰ ਗੈਸ ਲਾ ਦਿਓ ਜੀ ਇਹ ਕਰਕੇ ਉਹ ਦੋ ਚਾਰ ਇਹਦੇ ਜੋ ਪੜ੍ਹੇ ਜੇ ਆ ਗਿਆ ਤਾਂ ਠੀਕ ਹੈ ਨਹੀਂ ਤਾਂ ਉਹਦੇ ਮੂੰਹ ਅੱਛਾ ਮੈਂ ਨਹੀਂ ਮੈਂ ਸਾਰਾ ਪੜਨਾ ਸਾਰਾ ਪੜਨਾ इवन ਜਦੋਂ ਮੈਂ ਰਿਵਾਈਜ਼ ਕਰਦਾ ਸੀ एग्जाम ਦੇ ਵਾਸਤੇ ਤਾਂ ਮੈਂ ਇੱਕ ਸਾਈਡ ਤੋਂ ਹੀ ਸ਼ੁਰੂ ਕਰਦਾ ਸੀ ਚਾਹੇ ਕੰਪਲੀਟ ਹੋਏ ਜਾਂ ਨਾ ਹੋਏ ਅੱਛਾ ਮਤਲਬ ਐ ਨਹੀਂ ਵਿੱਚੋਂ ਨਹੀਂ ਵੀ ਇਹ ਪੜ ਲਿਆ ਇਹ ਲੈਸਨ ਪੜ ਲਿਆ ਜਾਂ ਇਹ ਲੈਸਨ ਹਾਂ ਇਹ ਨਹੀਂ ਭਾਈ ਆ ਮਸ਼ੂਰਾ ਹੈ ਆਹ ਨਹੀਂ ਦੇ ਨਹੀਂ ਸਾਰਾ ਸਾਰਾ ਪੜਨਾ ਇਹ ਮੇਰੀ ਪਹਿਲਾਂ ਤੇ ਹੈਬਿਟ ਹੈ ਬੱਚਿਆਂ ਨੂੰ ਵੀ ਮੈਂ ਇਹ ਸਿਖਾਇਆ ਹੂੰ ਵੀ ਜੋ ਪੜਨਾ ਇਹ ਨਹੀਂ ਗੈਸ ਕਿਦੋਂ ਇਹ ਮਸ਼ੂਰਾ ਹੈ ਫਿਰ ਨਹੀਂ ਨਹੀਂ ਸਭ ਕੁਝ ਮਸ਼ੂਰੀ ਹੈ ਅੱਛਾ ਮੈਨੂੰ ਪਤਾ ਲੱਗਿਆ ਕਿ ਐਮਏ ਦੀਆਂ ਡਿਗਰੀਆਂ ਕਾਫੀ ਐਮਏ ਕਾਫੀ ਸਟਰੀਮ ਦੇ ਵਿੱਚ ਕਾਫੀ ਕੀਤੀ ਜਾ ਚੁੱਕੀ ਕਿੰਨੀਆਂ ਨੇ 16 ਜੀ 16 ਡਿਗਰੀਆਂ ਮੇਰੀਆਂ ਐ ਐਮਏ ਦੇ ਵਿੱਚ ਨੇ ਇਹਨਾਂ ਐਮਏ ਦੇ ਵਿੱਚੋਂ ਕਈ ਡਿਗਰੀਆਂ ਕੰਪੋਜ਼ਿਟ ਡਿਗਰੀਆਂ ਵੀ ਐ ਅੱਛਾ ਜੀ ਤੇ ਜਿਨ੍ਹਾਂ ਦੇ ਵਿੱਚ ਮਤਲਬ ਕਿ ਤਿੰਨ ਤਿੰਨ ਸਬਜੈਕਟ ਜਾਂ ਦੋ ਦੋ ਸਬਜੈਕਟਾਂ ਵਾਲੇ ਨੇ ਭਾਵੇਂ ਪਰ ਡਿਗਰੀ ਕੋਈ ਐ ਡਿਗਰੀ ਡਿਗਰੀਆਂ ਐ ਜਿ ਮਤਲਬ ਡਿਗਰੀਆਂ ਨੰਬਰ ਆਫ ਡਿਗਰੀ ਜਿਹੜੀਆਂ 16 ਨੇ ਮੇਰੀਆਂ ਜੀ ਸੋ ਦੋਸਤੋ ਡਾਕਟਰ ਹਰਦੇয়াল ਸਿੰਘ ਜੀ ਦੀਆਂ ਡਿਗਰੀਆਂ ਇੰਨੀਆਂ ਜ਼ਿਆਦੇ ਨੇ ਕਿ ਯਾਦ ਰੱਖਣੀਆਂ ਮੁਸ਼ਕਲ ਹੋ ਜਾਂਦੀਆਂ ਨੇ ਇਹਨਾਂ ਦੇ ਵੱਲੋਂ ਇੱਕ ਡਾਇਰੀ ਦੇ ਵਿੱਚ ਡਿਗਰੀਜ਼ ਜਿਹੜੀਆਂ ਨੇ ਆਪਣੀਆਂ ਨੋਟ ਕਰਕੇ ਰੱਖੀਆਂ ਹੋਏ ਨੇ ਕਿ ਕਿਸ ਸਟਰੀਮ ਦੇ ਵਿੱਚ ਕਿੰਨੀਆਂ ਡਿਗਰੀਆਂ ਕੀਤੀਆਂ ਹਨ ਡਾਕਟਰ ਸਾਹਿਬ ਦਿਖਾਉਂਗੇ ਸਾਨੂੰ ਕਿ ਕਿੰਨੀਆਂ ਡਿਗਰੀਜ਼ ਤੁਹਾਡੇ ਕੋਲ ਨੋਟ ਡਾਊਨ ਜਿਹੜੀਆਂ ਨੇ ਹੈਗੀਆਂ ਨੇ ਕਿਸ ਸਟਰੀਮ ਦੇ ਵਿੱਚ ਕਿੰਨੀਆਂ ਹੈਗੀਆਂ ਨੇ ਐਮਏ ਡਿਗਰੀਜ਼ ਮੇਰੇ ਕੋਲ 16 ਨੇ ਸੋ ਮੈਂ ਇੱਕ ਵਾਰੀ ਦਰਸ਼ਕਾਂ ਨੂੰ ਸਰ ਜਰੂਰ ਦਰਸ਼ਕਾਂ ਨੂੰ ਜਰੂਰ ਦਿਖਾਉਣਾ ਚਾਹੁੰਗਾ ਕਿ ਇਸ ਤਰ੍ਹਾਂ ਦੇ ਨਾਲ ਡੈਰੀ ਦੇ ਵਿੱਚ ਜਿਹੜੀਆਂ ਨੇ ਡਾਕਟਰ ਸਾਹਿਬ ਦੇ ਵੱਲੋਂ ਆਪਣੀਆਂ ਡਿਗਰੀਜ਼ ਜਿਹੜੀਆਂ ਨੇ ਨੋਟ ਕੀਤੀਆਂ ਹੋਈਆਂ ਨੇ ਐਮਏ ਦੀਆਂ ਸਾਰੀਆਂ ਐਮਏ ਦੀਆਂ ਡਿਗਰੀਜ਼ ਨੇ ਜੀ ਇਹ ਸਾਰੀਆਂ ਐਮਏ ਦੀਆਂ ਡਿਗਰੀਜ਼ ਨੇ ਸੋ ਇਸ ਦੇ ਵਿੱਚ ਐਮਏ ਪਬਲਿਕ ਐਡਮਿਨਿਸਟ੍ਰੇਸ਼ਨ ਦੀਆਂ ਪੋਲੀਟੀਕਲ ਸਾਇੰਸ ਐਮਏ ਹਿਸਟਰੀ ਫਿਲਾਸਫੀ ਕਾਫੀ 16 ਡਿਗਰੀਜ਼ ਜਿਹੜੀਆਂ ਨੇ ਡਾਕਟਰ ਸਾਹਿਬ ਦੇ ਵੱਲੋਂ ਸਿਰਫ ਐਮਏ ਦੀਆਂ ਮਾਸਟਰਸ ਦੀਆਂ ਕੀਤੀਆਂ ਗਈਆਂ ਨੇ ਇਸ ਤੋਂ ਇਲਾਵਾ ਜੇਕਰ ਗੱਲ ਕਰੀਏ ਤਾਂ ਸਰ ਪੀਜੀ ਡਿਪਲੋਮਾ ਪੀਜੀ ਡਿਪਲੋਮਾ ਕਿੰਨੇ ਨੇ ਸਰ ਇਹ ਕਿੰਨੇ ਨੇ ਸਰ ਇਹ 6 6 ਨੇ ਪੀਜੀ ਰੁਪਾਂ ਨੇ ਤੇ ਇਹ ਵੀ ਇਹ ਵੀ ਪੀਜੀ ਰੁਪਾਂ ਦੇ ਬਰਾਬਰ ਨੇ ਮਤਲਬ ਇਹ ਕਿ ਕਿਉਂਕਿ ਇਹਨਾਂ ਦੀ ਮਿਨੀਮਮ ਕੁਆਲਿਫਿਕੇਸ਼ਨ ਜਿਹੜੀ ਹੈ ਉਹ ਉਹ ਗ੍ਰੈਜੂਏਟ ਹੈ ਜੀ ਮਤਲਬ ਉਹ ਤਾਂ ਹੀ ਐਗਜ਼ਾਮ ਦੇ ਸਕਦਾ ਹੈ ਜੇ ਗ੍ਰੈਜੂਏਸ਼ਨ ਹੋਈ ਹੋਈ ਜੀ ਸੋ 8 ਜਿਹੜੇ ਨੇ ਪੀਜੀ ਡਿਪਲੋਮਾਸ ਜਿਹੜੇ ਨੇ ਡਾਕਟਰ ਹਰਤੇয়াল ਸਿੰਘ ਜੀ ਦੇ ਵੱਲੋਂ ਕੀਤੇ ਗਏ ਨੇ 16 ਤੇ 8 24 ਡਾਕਟਰ ਸਾਹਿਬ ਹਾਲੇ ਤੱਕ ਹੋ ਚੁੱਕੀਆਂ ਨੇ ਤੇ ਇਸ ਤੋਂ ਇਲਾਵਾ ਇਹ ਨੀਡਿੰਗ ਇਹ ਤੁਹਾਡਾ ਬੇਸ ਜਿਹੜਾ ਮਤਲਬ ਜਿਹੜਾ ਤੁਹਾਡੀ ਮੇਨ ਪਛਾਛ 6 6 ਡਿਗਰੀਆਂ ਜਿਹੜੀਆਂ ਆਏ ਨੇ ਇਹ ਦੀ ਇੰਜੀਨੀਅਰਿੰਗ ਦੀਆਂ ਨੇ ਇਹ ਦੀਆਂ ਪਹਿਲਾਂ ਮੈਂ ਮਤਲਬ ਡਿਪਲੋਮਾ ਇੰਜੀਨੀਅਰਿੰਗ ਕੀਤੀ ਹੈ ਫਿਰ ਐਮਆਈਸੀ ਕੀਤੀ ਹੈ ਔਰ ਫਿਰ ਡਾਇਰੈਕਟ ਫਾਈਨਲ ਐਗਜ਼ਾਮੀਨੇਸ਼ਨ ਇੰਸਟੀਚਿਊਨ ਸਰਵੇਰ ਦਾ ਕੀਤਾ ਫਿਰ ਉਹਦੀ ਮਾਸਟਰ ਡਿਗਰੀ ਕੀਤੀ ਹੈ ਤੇ ਇਹ ਜਿਹੜਾ ਮੇਰਾ ਡਿਪਾਰਟਮੈਂਟ ਇੰਜੀਨੀਅਰਿੰਗ ਦਾ ਐਗਜ਼ਾਮ ਤੇ ਇਹ ਡਿਪਾਰਟਮੈਂਟ ਦਾ ਕੋਰਸ ਸੋ 6 ਡਿਗਰੀਜ਼ ਜਿਹੜੀਆਂ ਨੇ ਇੰਜੀਨੀਅਰਿੰਗ ਬੇਸਡ ਡਿਗਰੀਜ਼ ਜਿਹੜੀਆਂ ਨੇ ਜੋ ਡਾਕਟਰ ਸਾਹਿਬ ਦਾ ਖੁਦ ਦਾ ਫੀਲਡ ਹੈਗਾ ਜਿਸ ਦੇ ਬੇਸ ਤੇ ਚੰਗਾ ਨਿਮਾਣਾ ਖੱਟਿਆ ਚੰਗੀ ਨੌਕਰੀ ਡਾਕਟਰ ਸਾਹਿਬ ਦੇ ਵੱਲੋਂ ਪਾਈ ਗਈ ਸਰ ਤੁਸੀਂ ਕਿ ਇਸ ਤਰ੍ਹਾਂ ਯਾਦ ਰੱਖ ਲਓ ਨਾ ਹਾਲੇ ਤੱਕ ਗਿਣਤੀ ਭੁੱਲੋ ਚੁੱਕੇ ਆ ਕਿ ਕਿੰਨੀਆਂ ਜੜੀਆਂ ਨੇ ਟੋਟਲ ਹੋ ਗਈ ਇਹ ਟੋਟਲ 40 47 ਆਏ ਪਰ ਆਪਾਂ 41 ਗਿਨਾ ਕੀ ਕਿਉਂਕਿ ਛੋਟੀਆਂ ਵਿੱਚੋਂ ਛੱਡ ਕੇ ਇਹ ਮੈਡੀਕਲ ਦੀਆਂ ਨੇ ਮੈਡੀਕਲ ਦੀਆਂ ਹਾਂ ਮੈਡੀਕਲ ਦੀਆਂ ਸੋ ਮੈਡੀਕਲ ਲਾਈਨ ਦੇ ਵਿੱਚ ਵੀ ਡਾਕਟਰ ਸਾਹਿਬ ਦੇ ਵੱਲੋਂ ਕਿੰਨੀਆਂ ਨੇ ਸਰ ਇਹ 7 ਨੇ 7 7 7 ਡਿਗਰੀਜ਼ ਸਰ ਇੱਕ ਵਾਰੀ ਪੜ੍ਹ ਕੇ ਦੱਸ ਦਿਓ ਕਿਉਂਕਿ ਹਨਾ ਮੈਡੀਕਲ ਲਾਈਨ ਇੱਕ ਬੜੀ ਜ਼ਿੰਮੇਵਾਰੀ ਵਾਲੀ ਲਾਈਨ ਨਾਲ ਦੀ ਨਾਲ ਬਣ ਜਾਂਦੀ ਕਿ ਮੈਡੀਕਲ ਲਾਈਨ ਦੇ ਵਿੱਚ ਕਿਦਾਂ ਮੈਡੀਕਲ ਦਾ ਮੇਰਾ ਠੀਕ ਹੈ ਹਮੋਪੈਥੀ ਦਾ ਗੋਲਡ ਮੈਡਲਸ ਡਿਪਲੋਮਾ ਹੈ ਮੇਰੇ ਅੱਛਾ ਜੀ ਤੇ ਫਿਰ ਇੱਕ ਮੈਡੀਕਲ ਦੀ ਹਮੋਪੈਥਿਕ ਦੀ ਮੈਂ ਦੱਖਣ ਦੇ ਵਿੱਚੋਂ ਕੀਤੀ ਹੈ ਅੱਛਾ ਜੀ ਇਹ ਇੱਕ ਫਿਰ ਇਸੇ ਆਰਐਮਪੀਵੀ ਪੰਜਾਬ ਦੀ ਲਾਇਬਲ ਲਈ ਆਪਣੇ ਪਿੰਡਾਂ ਦੇ ਵਿੱਚ ਜਿਵੇਂ ਡਾਕਟਰ ਹਾਂਜੀ ਹਾਂਜੀ ਫਿਰ ਅਯੁਰਵੇਦ ਰਤਨ ਕੀਤੀ ਹੋਈ ਹੈ ਇਹ ਜਿਹੜੀ ਹੈਗੀ ਹੈ ਗ੍ਰੈਜੂਏਸ਼ਨ ਦੇ ਬਰਾਬਰ ਹੁੰਦੀ ਹੈ ਜੀਏਐਮਐਸ ਦੇ ਬਰਾਬਰ ਤੇ ਇਹਦੀ ਆਰਐਮਪੀਵੀ ਹੈ ਮੇਰੀ ਰਜਿਸਟਰੀ ਤੇ ਫਿਰ ਸਿੱਖਿਆ ਵਿਸ਼ਾਰਦ ਮੇਰੀ ਕੀਤੀ ਹੈ ਬੀਐਡ ਦੇ ਬਰਾਬਰ ਅੱਛਾ ਬੀਐਡ ਦੇ ਬਰਾਬਰ ਮੈਡੀਕਲ ਲੈਂਦੇ ਹਾਂ ਹਾਂਜੀ ਫਿਰ ਮੇਰੀ ਮੈਂਬਰਸ਼ਿਪ ਲਈ ਹੋਈ ਹੈ ਇੰਡੀਅਨ ਮੈਡੀਕਲ ਸੁਸਾਇਟੀ ਦੀ ਅੱਛਾ ਜੀ ਸਰ ਮੈਡੀਕਲ ਇੱਕ ਪਾਸੇ ਇੰਜੀਨੀਅਰਿੰਗ ਇੱਕ ਪਾਸੇ ਮੈਡੀਕਲ ਬਿਲਕੁਲ ਡਿਫਰੈਂਟ ਕਿਸ ਤਰ੍ਹਾਂ ਮੈਨੇਜ ਕਰਦੇ ਸੀ ਇੱਕ ਇੰਜੀਨੀਅਰਿੰਗ ਕੀਤਾ ਹੋਇਆ ਨੌਜਵਾਨ ਜਿਹੜਾ ਇੰਜੀਨੀਅਰਿੰਗ ਕੀਤੀ ਹੋਈ ਸ਼ਖਸੀਅਤ ਜਿਹੜੀ ਹੈ ਮੈਡੀਕਲ ਲਾਈਨ ਦੇ ਵਿੱਚ ਪੜ ਰਹੀ ਹੈ ਮੈਡੀਕਲ ਦਾ ਮੈਨੂੰ ਦੇਖਿਆ ਜਾਵੇ ਤਾਂ ਬਚਪਨ ਤੋਂ ਹੀ ਸ਼ੌਕ ਸੀ ਹੈ ਅੱਛਾ ਜੀ ਤੇ ਇਹ ਕਿਉਂਕਿ ਬਿਮਾਰੀਆਂ ਤਾਂ ਪਹਿਲਾਂ ਤੇ ਚੱਲ ਰਹੀਆਂ ਜੇ ਹੁਣ ਆ ਗਈਆਂ ਤੇ ਪਹਿਲਾਂ ਵੀ ਹੁੰਦੀਆਂ ਸੀ ਤਾਂ ਮੈਨੂੰ ਇਹ ਹੁੰਦਾ ਸੀ ਵੀ ਇਹ ਕੇਅਰ ਵਾਸਤੇ ਕੋਈ ਨਾ ਕੋਈ ਚੀਜ਼ ਨਾਲਜ ਹੋਣੀ ਚਾਹੀਦੀ ਹੈ ਮੈਨੂੰ ਇਹ ਇੱਕ ਸਾਰੇ ਤੋਂ ਵੱਡੀ ਇਹਦਾ ਫਾਇਦਾ ਇਹ ਹੋਇਆ ਕਿ ਮੇਰੇ ਬੱਚਿਆਂ ਨੂੰ ਕੋਈ ਤਕਰੀਬ ਹੋਈ ਨਹੀਂ ਜੇ ਹੋਈ ਹੈ ਤਾਂ ਮੈਂ ਘੱਰੀ ਵਸੇ ਇਹਨਾਂ ਨਾਲ ਕੰਮ ਸਾਰ ਲਿਆ ਡਾਕਟਰ ਵੀ ਘਰ ਦੇ ਵਿੱਚ ਹੈਗੇ ਫੌਜ ਦੇ ਵਿੱਚੋਂ ਡਿਸਪਲਾਈਨ ਵੀ ਘਰ ਦੇ ਵਿੱਚ ਹੈਗਾ ਟੀਚਰ ਵੀ ਘਰ ਦੇ ਵਿੱਚ ਹੈਗਾ ਸਾਰਾ ਕੁਝ ਮਤਲਬ ਇੱਥੋਂ ਮੈਨੂੰ ਮਿਲ ਗਿਆ ਔਰ ਦੂਸਰੀ ਗੱਲ ਹੈ ਇਹਦੇ ਨਾਲ ਫਾਇਦਾ ਇਹ ਹੋਇਆ ਮੈਂ ਕਿਸੇ ਤੋਂ ਪੈਸਾ ਚਾਰਜ ਨਹੀਂ ਕੀਤਾ ਲੇਕਿਨ ਲੋਗਾ ਨਹੀਂ ਮਦਦ ਕੀਤੀ ਦਵਾਈਆਂ ਵੀ ਆਵਦੇ ਕੋਲੋਂ ਵੀ ਲੈ ਕੇ ਦੇਤੀਆਂ ਦੇ ਦੰਨੇ ਹੁਣ ਵੀ ਟ੍ਰੀਟਮੈਂਟ ਕਰ ਦਿੰਦੇ ਹੋਂ ਜੇਕਰ ਕੋਈ ਆ ਜਾਵੇ ਹੁਣ ਕਰਦੇ ਨੇ ਪਰ ਘੱਟ ਪਹਿਲਾਂ ਜਿਹੜਾ ਸੀ ਕਿਉਂਕਿ ਪਹਿਲਾਂ ਇਹ ਸੀ ਕਿ ਯੰਗ ਏ ਸੀ ਤੇ ਜੇ ਕੋਈ ਆਉਂਦਾ ਸੀ ਉਸ ਨੂੰ ਦਵਾਈ ਵੀ ਦੇ ਦੇਣੀ ਔਰ ਕਹਿਣਾ ਵੀ ਠੀਕ ਹੈ ਹਾਂ ਜੀ ਕਿਉਂਕਿ ਕਈ ਲੋਕ ਆਪਦੇ ਪੇਰੈਂਟਸ ਨੂੰ ਜਾਂ ਆਪਦੇ ਭੈਣ ਭਰਾ ਨੂੰ ਵੀ ਲੈ ਆਉਂਦੇ ਤਾਂ ਵੀ ਕੋਈ ਗੱਲ ਨਹੀਂ ਤੇ ਪਿੰਡ ਦੇ ਵਿੱਚੋਂ ਵੀ ਆ ਜਾਂਦੇ ਸੀ ਹਲਵਾਰੇ ਮੈਂ ਸਰਵਿਸ ਕੀਤੀ ਹੈ ਪਿੰਡ ਦੇ ਪਿੰਡਾਂ ਦੇ ਲੋਕ ਵੀ ਆ ਜਾਂਦੇ ਸੀ ਮੇਰੇ ਕੋਲੇ ਇਹ ਕੋਈ ਸਲਾਹ ਲੈਣ ਵਾਸਤੇ ਆਏ ਜੇ ਆਪਸੇ ਦੋ ਦਾ ਝਗੜਾ ਹੋ ਗਿਆ ਤਾਂ ਵੀ ਮੇਰੇ ਕੋਲ ਨਿਵੇੜਨ ਵਾਸਤੇ ਆ ਜਾਂਦੇ ਸੀ ਨੌਲੇਜ ਹੈਗੀ ਪੜ੍ਹੇ ਲਿਖੇ ਹੈਗੇ ਪਰ ਸਾਰਿਆਂ ਤੋਂ ਵੱਡੀ ਗੱਲ ਵਾਹਿਗੁਰੂ ਦੀ ਕਿਰਪਾ ਇਹ ਕੀ ਸੀ ਕਿ ਜੇ ਮੈਂ ਕਹਿ ਦਿੱਤਾ ਜਿਸ ਨੂੰ ਕਹਿ ਦਿੱਤਾ ਵੀ ਤੇਰੀ ਗਲਤੀ ਹੈ ਤੂੰ ਆਇਆ ਕਰ ਤੂੰ ਮਾਫੀ ਮੰਗ ਲੈ ਇਹ ਕਰ ਲੈ ਉਹ ਕਰ ਲੈ ਔਰ ਉਹ ਚੱਟ ਮਾਫੀ ਮੰਗ ਲੈਂਦੇ ਸੀ ਕੁਦਰਤ ਬਣਾਈ ਸੀ ਐਸੇ ਕਿ ਇੱਕ ਇਹ ਦੋ ਤਿੰਨ ਚੀਜ਼ਾਂ ਜੁਗਰ ਮੈਂ ਮੈਂ ਆਪਣੇ ਫੜ ਮਾਰੀ ਜਾਵਾਂ ਕਿ ਮੈਂ ਹੀ ਬਹੁਤ ਲਾਇਕਤ ਵਾਲਾ ਸੀ ਨਹੀਂ ਵਾਹਿਗੁਰੂ ਦੀ ਮੇਰ ਵੀ ਬਹੁਤ ਹੀ ਜ਼ਿਆਦਾ ਵੱਡੀ ਸੀ ਕਿਉਂਕਿ ਮੈਂ ਕਈ ਦਫਾ ਬਿੱਲ ਆਇਆ ਬਿੱਲ ਵਿੱਚ ਚੈੱਕ ਕਰ ਮੈਂ ਖੋਲਣਾ ਜਿੱਥੋਂ ਉੱਥੇ ਹੀ ਕਰਤੀ ਉਹਨੂੰ ਹੈਰਾਨ ਹੋਣਾ ਵੀ ਤੁਹਾਨੂੰ ਕੀ ਪਤਲੇ ਕਿ ਇੱਥੇ ਗਲਤੀ ਐ ਡੰਡਾ ਮੇਲ ਤੁਸੀਂ ਉੱਥੇ ਕਿ ਬਾਕੀ ਦੇਖੀ ਨਹੀਂ ਮਤਲਬ ਦੁਨੀਆਦਾਰੀ ਵੀ ਨਾਲ ਦੀ ਨਾਲ ਹੀ ਜਿਹੜੀ ਕੁਦਰਤ ਵੱਲੇ ਵੀ ਵਾਹਿਗੁਰੂ ਦੀ ਕਿਰਪਾ ਨਾਲ ਉੱਥੇ ਹੱਥ ਜਾਣਾ ਉਹ ਚਾਹੇ ਸਮਝੋ ਐਕਸਪੀਰੀਅੰਸ ਹੋਣਾ ਹੋ ਗਿਆ ਸੀ ਜਾਂ ਵਾਹਿਗੁਰੂ ਦੀ ਕਿਰਪਾ ਸੀ ਜੇ ਇਹ ਕਹਿੰਦੇ ਮੈਂ ਇੱਕ ਹੋਰ ਵੀ ਚੀਜ਼ ਮੈਂ ਤੁਹਾਨੂੰ ਦੱਸਦਾ ਕਈ ਵਾਰ ਫਿਲਮਾਂ ਦੇ ਵਿੱਚ ਵੀ ਜਿਹੜੇ ਫਿਲਮ ਐਕਟਰਸ ਹੁੰਦੇ ਨੇ ਉਹ ਬੜੀ ਚੰਗੀ ਗੱਲ ਕਹਿ ਜਾਂਦੇ ਆ ਚਾਹੇ ਉਹਨਾਂ ਨੂੰ ਤਜਰਬੇ ਤੋਂ ਹਾਸਲ ਹੋਈ ਹੁੰਦੀ ਹੈ ਚਾਹੇ ਉਹਨਾਂ ਨੂੰ ਆਪਣੇ ਆਪਣੇ ਉਤੇ ਉਹਨਾਂ ਨੂੰ ਠੁਕਵੀਂ ਹੁੰਦੀ ਹੈ ਕਿ ਸ਼ਵੀ ਕਪੂਰ ਇੱਕ ਐਕਟਰ ਹੋਇਆ ਪਹਿਲਾਂ ਜੀ ਬਿਲਕੁਲ ਬਿਲਕੁਲ ਸ਼ਵੀ ਕਪੂਰ ਨੇ ਇਹਨੂੰ ਇੱਕ ਦਫਾ ਜੱਜ ਬਣਾਇਆ ਸੀ ਐਕਟਿੰਗ ਦਾ ਜੀ ਟੀਵੀ ਚੈਨਲ ਦੇ ਉਤੇ ਜੀ ਬਿਲਕੁਲ ਤੇ ਉਸ ਨੇ ਜਦੋਂ ਰਿਜ਼ਲਟ ਸੁਣਾਉਣ ਲੱਗਾ ਤੇ ਉਸ ਨੇ ਇਹ ਕਿਹਾ ਸੀ ਕਿ ਠੀਕ ਹੈ ਮਿਹਨਤ ਤੁਸੀਂ ਸਾਰਿਆਂ ਨੇ ਕੀਤੀ ਹੈ ਪਰ ਮਿਹਨਤ ਦੇ ਉਸ ਟਾਈਮ ਉਹਨੇ 85% ਕਹਿੰਦਾ 85% ਨੰਬਰ ਮਿਹਨਤ ਦੇ ਹੈ ਤੁਸੀਂ 85% ਜਿਹੜੇ 85 ਹੋਈ ਲੈ ਲਈ ਪੂਰੇ ਤੁਹਾਡੀ ਮਿਹਨਤ ਦੇ 85 ਹੈ ਲੇਕਿਨ 15 ਨੰਬਰ ਜਿਹੜੇ ਆ ਤੁਹਾਡੀ ਕਿਸਮਤ ਦੇ ਹੈ ਪਰਮਾਤਮਾ ਦੇ ਉਹ ਪਰਮਾਤਮਾ ਦੇ ਹੱਥ ਦੇ ਵਿੱਚ ਹੈ ਉਹ ਜਿਹੜੇ ਨੰਬਰ ਹੈਗੇ ਨੇ ਉਹਦੇ ਚੋਂ ਪਾਸ ਹੋਣਾ ਜ਼ਰੂਰੀ ਹੈ ਜੇ ਤੁਸੀਂ ਉਹਦੇ ਵਿੱਚੋਂ ਪਾਸ ਨਹੀਂ ਹੋਏ ਤਾਂ ਤੁਹਾਡਾ ਕੀਤੇ ਖਾਨੇ ਇਸ ਕਰਕੇ ਤੁਹਾਡੇ ਚ ਹੋ ਸਕਦਾ ਟੈਲੈਂਟ ਜਿਆਦਾ ਹੋਵੇ ਪਰ ਤੁਹਾਡੇ ਕੋਲ ਉਹ ਚੀਜ਼ ਨਹੀਂ ਹੈ ਇਸ ਕਰਕੇ ਤੁਸੀਂ ਰਹਿ ਗਏ ਤੇ ਜਿਹੜੇ ਅੱਗੇ ਗਏ ਆ ਉਹ ਆ ਲੋਗ ਨੇ ਮੈਂ ਨੋ ਦੱਸਦਾ ਮੈਂ ਉਹ ਚੀਜ਼ ਨੂੰ ਮੈਂ ਵੀ ਬਹੁਤ ਬੀਲੀਵ ਕਰਦਾ ਹਾਂ ਜ਼ਿੰਦਗੀ ਦੇ ਵਿੱਚ ਇੰਪਲੀਮੈਂਟ ਜਿਹੜਾ ਉਹ ਨਿਗਾਰਿਕ ਕਹਿੰਦਾ ਕਿ ਪਰਮਾਤਮਾ ਦੀ ਕਿਰਪਾ ਜਿਹੜੀ ਹੈ ਉਹ ਸਭ ਤੋਂ ਵੱਡੀ ਜ਼ਰੂਰੀ ਹੈ ਜੇ ਪਰਮਾਤਮਾ ਦੀ ਕਿਰਪਾ ਨਹੀਂ ਹੈ ਤਾਂ ਇੰਨੇ ਐਗਜ਼ਾਮ ਕੋਈ ਪਹਿਲੀ ਤਾਂ ਪਾਸ ਹੀ ਕਿਵੇਂ ਜੇ ਪਾਸ ਕਰ ਵੀ ਲਵੇ ਕੋਈ ਹੈਮਤ ਨਹੀਂ ਪੈਂਦੀ ਮੈਂ ਕਹਣਾ ਉਹ ਕਹਿੰਦਾ ਮੈਂ ਮੈਂ ਕਿਰਾਨਾ ਇਸ ਤੋ ਪੈਸੇ ਪੈਸੇ ਵੀ ਲੱਗਦੇ ਬਿਲਕੁਲ ਲੱਗਦੇ ਬਿਲਕੁਲ ਤੇ ਸਾਰਾ ਕੁਝ ਕਿਤਾਬਾਂ ਲਓ ਜੀ ਇਹ ਲਓ ਲਓ ਪੜ੍ਹਾਈ ਕਰੋ ਸਾਰਾ ਦਿਨ ਦਫ਼ਤਰ ਦਾ ਕੰਮ ਵੀ ਕਰੋ ਇਹ ਵੀ ਕਰੋ ਉਹ ਕਰੋ ਅੱਛਾ ਸਰ ਹੁਣ ਅੱਗੇ ਸਫ਼ਰ ਅਸੀਂ ਬਤਾਵਾਂਗੇ ਕਿੰਨੀਆਂ ਡਿਗਰੀਆਂ 7 ਡਿਗਰੀਆਂ ਮੈਡੀਕਲ ਲਾਈਨ ਦੀਆਂ ਜਿਹੜੀਆਂ ਨੇ ਹੋ ਚੁੱਕੀਆਂ ਨੇ ਇਸ ਤੋਂ ਇਲਾਵਾ ਤੇ ਕਿੰਨੇ ਇਹ ਹੋ ਗਈਆਂ ਇਹ ਅਦਰ ਡਿਗਰੀਜ਼ ਦੇ ਵਿੱਚ ਕਿਹੜੀਆਂ-ਕਿਹੜੀਆਂ ਸਾਰੇ ਕਹੋ ਇਹ ਮਤਲਬ ਬੀਏ ਹੈ ਤੇ ਅਨਰਥਨ ਪੰਜਾਬੀ ਗਿਆਨੀ ਤੇ ਵਿਦਵਾਨ ਜਿਹਨ ਦੀ ਹੈ ਹਾਈ ਪ੍ਰੋਫੀਸ਼ੀਐਂਸੀ ਇਨ ਪੰਜਾਬੀ ਅੱਛਾ ਜੀ ਮਤਲਬ 48 ਟੋਟਲ ਜਿਹੜੀਆਂ ਪਰ ਤੁਸੀਂ 41 ਜਿਹੜੀਆਂ ਨੇ 41 ਹਾਂ ਜੀ ਮੈਂ ਕਾਊਂਟ ਕਰ ਰਹੇ ਹਾਂ ਇਹ ਤੇ ਫਿਰ ਇਹ ਚੈਲੰਜ ਵੀ ਵਗੈਰਾ ਆ ਗਿਆ ਕੰਪਿਊਟਰਸ ਆ ਗਿਆ ਤੇ ਸੋ ਮਾਰਕੀਟਿੰਗ ਮੈਨੇਜਮੈਂਟ ਦੀਆਂ ਡਿਗਰੀਜ਼ ਜਿਹੜੀਆਂ ਨੇ ਐਲ ਐਲ ਬੀ ਅ ਡਾਕਟਰ ਸਾਹਿਬ ਦੇ ਵੱਲੋਂ ਜਿਹੜੀ ਕੀਤੀ ਗਈ ਆ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਦੇ ਨਾਲ ਆਪਣੀਆਂ ਡਿਗਰੀਜ਼ ਜਿਹੜੀਆਂ ਨੇ ਇੱਕ ਵੱਡੀ ਡੈਰੀ ਦੇ ਵਿੱਚ ਜਿਹੜੀਆਂ ਨੇ ਡਾਕਟਰ ਹਰਦੇਵਾਲ ਸਿੰਘ ਜੀ ਦੇ ਵੱਲੋਂ ਨੋਟ ਕਰਕੇ ਕੀਤੀਆਂ ਗਈਆਂ ਨੇ ਅੱਛਾ ਸਰ ਐਲ ਐਲ ਬੀ ਕੀਤੀ ਅੱਜ ਦੇ ਸਮੇਂ ਦੀ ਗੱਲ ਕਰੀਏ ਕਾਨੂੰਨੀ ਸਲਾਹ ਦੀ ਬਹੁਤ ਲੋੜ ਪੈਂਦੀ ਲੋਕਾਂ ਨੂੰ ਆ ਜਾਂਦੇ ਨੇ ਹੁਣ ਵੀ ਪੁੱਛ ਲੈਂਦੇ ਨੇ ਕਿ ਡਾਕਟਰ ਸਾਹਿਬ ਕਾਨੂੰਨੀ ਸਲਾਹ ਫਲਾਣੀ ਦੇ ਦਿਓ ਫਲਾਣੇ ਕੇਸ ਤੇ ਵੀ ਹੁਣ ਵੀ ਆ ਜਾਂਦੇ ਆ ਲੋਕ ਆ ਜਾਂਦੇ ਆ ਔਰ ਮੈਂ ਕਾਨੂੰਨੀ ਜਟੇ ਡਿਗਰੀ ਹੈ ਸੜ ਇਵਨ ਇੰਜੀਨੀਅਰਿੰਗ ਦੇ ਵਿੱਚ ਵੀ ਜ਼ਰੂਰਤ ਪੈਂਦੀ ਹੈ ਕਿਉਂਕਿ ਇੰਜੀਨੀਅਰਿੰਗ ਦੇ ਵਿੱਚ ਜਦ ਵੱਡੇ ਇਹਦੇ ਤੇ ਆਦਮੀ ਚੱਲਿਆ ਜਾਂਦਾ ਤਾਂ ਆਰਬਿਟਰੇਟਰ ਉਹਨੂੰ ਲਗਾਇਆ ਜਾਂਦਾ ਜੇ ਦਫਾ ਕੋਈ ਕੋਈ ਡਿਪਾਰਟਮੈਂਟ ਦੇ ਨਾਲ ਕੰਟਰੈਕਟਰ ਦਾ ਝਗੜਾ ਹੈ ਜੀ ਜੀ ਤਾਂ ਉਹ ਆਰਬਿਟ੍ਰੇਸ਼ਨ ਦੇ ਨਾਲ ਫੈਸਲਾ ਹੋਣਾ ਉਹਦਾ ਤਾਂ ਆਰਬਿਟਰੇਟਰ ਲਗਾਇਆ ਜਾਂਦਾ ਆਰਬਿਟਰੇਟਰ ਜਿਹੜਾ ਹੈ ਜੇ ਉਹ ਕਾਨੂੰਨ ਜਾਣਦਾ ਹੋਵੇਗਾ ਤਾਂ ਉਹ ਵਧੀਆ ਫੈਸਲਾ ਦੇ ਸਕਦਾ ਤੇ ਇਸ ਕਰਕੇ ਜਿਹੜੀ ਹੈਗੀ ਹੈ ਜਿਹੜੀ ਅਲਰਬੀਆ ਇਹ ਨੀਡਿੰਗ ਦੇ ਵਿੱਚ ਵੀ ਮੈਡੀਕਲ ਲਾਈਨ ਦੇ ਵਿੱਚ ਵੀ ਜ਼ਰੂਰ ਚ ਪੈਂਦੀ ਹੈ ਮੈਡੀਕਲ ਲਾਈਨ ਦੇ ਵਿੱਚ ਵੀ ਕਿਉਂਕਿ ਅੱਜ ਕੱਲ ਹਰ ਇੱਕ ਜਗ੍ਹਾ ਦੇ ਉੱਤੇ ਕੋਈ ਝਗੜਾ ਚੱਲ ਪਿਆ ਜੀ ਕੋਈ ਝਗੜਾ ਉਹਦੇ ਜੇ ਕਾਨੂੰਨ ਦੀ ਮਿਲਟਰੀ ਦੇ ਵਿੱਚ ਇੱਕ ਕਾਨੂੰਨ ਦੇ ਹੁੰਦੇ ਨੇ ਕਿਉਂਕਿ ਜੋ ਵੀ ਕੋਈ ਐਪਲੀਕੇਸ਼ਨ ਦੇ ਦੇਗਾ ਕੋਰਟ ਦੇ ਵਿੱਚ ਮੇਰਾ ਹੋ ਗਿਆ ਜੀ ਆ ਹੋ ਗਿਆ ਉਹਨੂੰ ਪ੍ਰੋਟੈਕਟ ਕਰਨ ਵਾਸਤੇ ਜਾਂ ਉਹਨੂੰ ਫਾਈਟ ਕਰਨ ਵਾਸਤੇ ਕਾਨੂੰਨ ਕਾਨੂੰਨ ਦੰ ਜਿਹੜੇ ਆ ਉਹ ਫਿਰ ਉਸ ਤਰੀਕੇ ਨਾਲ ਕਰਦੇ ਆ। ਅੱਛਾ ਸਰ ਲੇਟੈਸਟ ਡਿਗਰੀ ਕਿਹੜੀ ਕੀਤੀ ਕਿਉਂਕਿ ਤੁਸੀਂ ਸ਼ੁਰੂ ਇੰਟਰਵਿਊ ਦੀ ਸ਼ੁਰੂਆਤ ਦੇ ਵਿੱਚ ਕਿਹਾ ਸੀ ਕਿ ਹੁਣ ਵੀ ਪੜਦਾ ਹੁਣ ਵੀ ਉਹ ਚਿੰਗ ਜਿਹੜੀ ਆ ਮੇਰੇ ਅੰਦਰ ਹੈਗੀ। ਲੇਟੈਸਟ ਡਿਗਰੀ 80 ਸਾਲ ਦੀ ਉਮਰ ਦੇ ਵਿੱਚ ਪਹੁੰਚਦੇ ਪਹੁੰਚਦੇ ਡਾਕਟਰ ਸਾਹਿਬ ਨੇ ਕਿਹੜੀ ਕੀਤੀ? ਹਾਂ ਮੈਂ ਪੋਸਟ ਗ੍ਰੈਜੂਏਟ ਡਿਪਲੋਮਾ ਇਨ ਡਾਇਜਾਸਟਰ ਮੈਨੇਜਮੈਂਟ ਐਂਡ ਕਾਰਪੋਰੇਟ ਸਟੱਡੀਜ਼। ਇਹ ਕਿਹੜੇ ਈਅਰ ਦੇ ਵਿੱਚ? ਹਾਂ ਇਹ ਮੈਂ ਉਹ uh, 19 2019 2020 ਇਹ ਰਿਚ ਕੀਤੀ ਹੈ ਕਰੋਨਾ ਟਾਈਮ ਦੇ ਦੌਰਾਨ ਕਰੋਨਾ ਟਾਈਮ ਤੋਂ ਇਹ ਦੋ ਪਾਰਟ ਸੀਓ ਸੇ ਇੱਕ ਪਾਰਟ ਮੈਂ ਪਹਿਲਾਂ ਕੀਤਾ ਕਰੋਨਾ ਉਦੋਂ ਹਾਲੇ ਸ਼ੁਰੂ ਨਹੀਂ ਸੀ ਹੋਇਆ ਤੇ ਜਦੋਂ ਸ਼ੁਰੂ ਹੋ ਗਿਆ ਉਦੋਂ ਦੂਜਾ ਪਾਰਟ ਹੋ ਗਿਆ ਅੱਛਾ ਹੁਣ ਪਰਿਵਾਰ ਦੇ ਵਿੱਚ ਤੁਹਾਡੇ ਬੱਚੇ ਵੀ ਨੇ ਹੋਰ ਫੈਮਿਲੀ ਵੀ ਜਿਹੜੀ ਹੈਗੀ ਤੇ ਬੱਚਿਆਂ ਨੇ ਨਹੀਂ ਅੱਗੇ ਗ੍ਰੈਂਡ ਗ੍ਰੈਂਡਚਿਲड्रन ਨੇ ਨਹੀਂ ਕਦੇ ਕਿਹਾ ਬਾਬਾ ਜੀ ਸਾਡੇ ਵਾਸਤੇ ਵੀ ਛੱਡ ਦੋ ਕੋਸ ਸਾਰਾ ਤੁਸੀਂ ਆ ਬੜ ਕੇ ਮੈਂ ਤਾਂ ਬਲਕੇ ਮੈਂ ਬੱਚਿਆਂ ਨੂੰ ਵੀ ਇਹ ਕਿ ਪਹਿਲਾਂ ਤੁਸੀਂ ਕਿਹਾ ਸੀ ਮੈਂ ਕੋਈ ਟਿਊਸ਼ਨ ਨਹੀਂ ਰੱਖੀ ਅੱਛਾ ਜੀ ਜਿੰਨੀ ਦੇਰ ਮੈਂ ਪੜਿਆ ਰਿਹਾ ਮੈਂ ਟਿਊਸ਼ਨ ਤੇ ਕੁਝ ਨਹੀਂ ਪੜਿਆ ਆਪਣੇ ਆਪ ਹੀ ਅੰਦਰੋਂ ਵਾਈਗ ਨੇ ਪੜਾਇਆ ਤੇ ਮੈਂ ਬੱਚਿਆਂ ਨੂੰ ਵੀ ਇਹੀ ਕਹਿੰਦਾ ਰਿਹਾ ਕਿ ਇੱਕ ਕਿਤਾਬਾਂ ਲਵੋ ਜਿੰਨੀਆਂ ਮਰਜ਼ੀ ਪੜਨ ਵਾਸਤੇ ਮੈਥੋਂ ਪੁੱਛੋ ਜੋ ਕੁਛ ਮਰਜੀ ਪਰ ਜੇ ਤੁਸੀਂ ਕਹੋ ਮੈਂ ਟਿਊਸ਼ਨ ਰੱਖਣੀ ਹੈ ਮੈਂ ਟਿਊਸ਼ਨ ਨਹੀਂ ਰਖਾਈ ਮੈਂ ਆਪਣੇ ਬੱਚਿਆਂ ਨੂੰ ਮੇਰੇ ਚਾਰ ਬੱਚੇ ਸੀ ਇੱਕ ਵੱਡੀ ਲੜਕੀ ਤੇ ਛੋਟੇ ਤਿੰਨ ਲੜਕੇ ਔਰ ਇਹਨਾਂ ਨੂੰ ਮੈਂ ਕੋਈ ਟਿਊਸ਼ਨ ਨਹੀਂ ਖਾਈ ਔਰ ਇਹ ਟਿਊਸ਼ਨ ਤਾਂ ਬਗੈਰ ਪੜੇ ਹੈ ਬਲਕਿ ਇਹਨਾਂ ਕੋਲੇ ਬੱਚਿਆਂ ਨੇ ਆ ਕੇ ਟਿਊਸ਼ਨ ਜ਼ਰੂਰ ਰੱਖੀ ਰੱਖੀ ਹੈ ਅੱਛਾ ਹਾਂ ਇਹ ਤਾਂ ਦੂਸਰਾ ਹੁਣ ਵੱਡੀ ਮੇਰੀ ਲੜਕੀ ਹੈ ਉਹ तकरीबन 14 ਡਿਗਰੀਆਂ ਉਹਦੇ ਕੋਲੇ। ਅੱਛਾ ਜੀ ਤੁਹਾਡੇ ਬੇਟੀ ਕੋਲ ਵੀ। ਬੇਟੀ ਕੋਲੇ ਆ ਡਾਕਟਰ ਐ। ਮਤਲਬ ਪੀ ਐਚ ਡੀ ਐ ਤੇ ਉਹਦੇ 14 ਨਿੱਕੀਆਂ। ਇਹ ਇਸ ਤੋਂ ਛੋਟੇ ਇਹ ਐ। ਇਹ ਡਬਲ ਐਮ ਐ ਡਬਲ ਯੂ ਸੀ ਔਰ ਐਮ ਐ ਡੇ ਔਰ ਪੀ ਸੀ ਐਸ ਐ ਤੇ ਉਸ ਤੋਂ ਛੋਟਾ ਜਿਹੜਾ ਹੈ ਉਹ ਡਾਕਟਰ ਡੀ ਐਮ ਹੈ। मतलब ਉਸ ਨੂੰ ਉਹ ਹੁਣੇ ਉਸਨੇ ਮਤਲਬ ਲਾਸਟ ਡਿਗਰੀ ਕੀਤੀ ਹੈ ਮਤਲਬ ਕਿ ਡਾਕਟਰ ਸਾਹਿਬ ਦਾ ਲਾਇਆ ਬੂਟਾ ਇੱਕ ਵੱਡਾ ਦਰਖਤ ਬਣ ਗਿਆ ਤੇ ਬਹੁਤ ਜ਼ਿਆਦਾ ਫੈਲ ਚੁੱਕਿਆ ਹੈ ਇੱਕ ਗੱਲ ਹੋਰ ਹੈ ਮੈਂ ਸਾਰੇ ਬੱਚਿਆਂ ਨੂੰ ਮੈਂ ਗਿਆਨੀ ਕਰਵਾਈ ਹੋਈ ਹੈ ਅੱਛਾ ਜੀ ਦਸਵੀਂ ਪਾਸ ਕਰ ਰਹੇ ਇਹਨਾਂ ਨੂੰ ਗਿਆਨੀ ਕਰਵਾ ਦਿੱਤੀ ਸੀ ਤੇ ਉਸ ਇਹ ਫਿਰ ਐਮਏ ਸਾਰੇ ਐਮਏ ਪੰਜਾਬੀ ਵੀ ਹੈ ਐਮਏ ਇੰਗਲਿਸ਼ ਵੀ ਹੈ ਉਹ ਮੈਡੀਕਲ ਵਾਲਾ ਵੀ ਜਿਹੜਾ ਐਮਏ ਪੰਜਾਬੀ अच्छा जी मेडिकल लाइन ਦੇ ਵਿੱਚ ਵੀ ਜਿਹੜੇ ਐਪ ਮੈਡੀਕਲ ਲਾਈਨ ਦੇ ਵਿੱਚ ਹੋਣਸ ਵੀ ਤਾਂ ਇਹਨੂੰ ਪਹਿਲਾਂ ਮੈਂ ਕਿਹਾ ਐਮ ਪੰਜਾਬੀ ਕਰ ਆਪਣੀ ਪਛਾਣ ਜਿਹੜੀ ਆ ਪੰਜਾਬੀ ਤੋਂ ਹੋ ਜਾਂਦੀ ਤਾਂ ਹਾਂਜੀ 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 ਇਸ ਕਰਕੇ ਮੈਂ ਦੂਸਰਾ ਮੈਂ ਛੋਟਾ ਬੱਚਾ ਉਹ ਮੇਰਾ ਐਡਵੋਕੇਟ ਹੈ ਅੱਛਾ ਜੀ ਤੇ ਐਡਵੋਕੇਟ ਹੈ ਉਹ ਵੀ ਐਮ ਇੰਗਲਿਸ਼ ਹੈ ਹਾਂ ਉਹ ਵੀ ਕੈਨੀ ਹੈ ਉਹ ਉਹਨਾਂ ਨੇ ਵੀ ਕੈਨੀ ਕੀਤੀ ਹੋਈ ਹੈ ਬਾਈ ਉਹਨੂੰ ਵੀ ਕਰਵਾਈ ਹੈ ਇਸ ਕਰਕੇ ਮੈਂ ਇਹਨਾਂ ਨੂੰ ਦੂਸਰੀ ਗੱਲ ਮੈਂ ਇਹਨਾਂ ਨੂੰ ਇਹ ਕਹਿੰਦਾ ਨਹੀਂ ਸੀ ਮੈਂ ਕਹਿੰਦਾ ਪੜ੍ਹਨ ਵਾਸਤੇ ਮੈਂ ਤੁਹਾਨੂੰ ਮਨਾ ਨਹੀਂ ਕਰਾਂਗਾ ਤੇ ਮੈਂ ਚਾਹੇ ਮੈਨੂੰ ਆਪਣੇ ਆਪ ਨੂੰ ਵੇਚਣਾ ਪੈ ਜਾਏ ਮੈਂ ਤੁਹਾਨੂੰ ਪੜਾਉਂਗਾ ਮੈਂ ਤੁਹਾਨੂੰ ਪੜਾਉਂਗਾ ਤੁਹਾਨੂੰ ਮਨਾ ਨਹੀਂ ਕਰੂੰਗਾ ਤੁਸੀਂ ਆਹ ਨਾ ਪੜੋ ਔਰ ਮੈਂ ਕ ਮੈਂ ਹੀ ਵੀ ਨਾ ਇਹਦੇ ਵੱਡੇ ਬੱਚੇ ਨੂੰ ਕੰਮ ਤੇ ਨਹੀਂ ਲਾਇਆ ਮੈਂ ਕਹਿੰਦਾ ਕਰੀ ਤੂੰ ਹੋਰ ਪਾਸੇ ਆਹ ਕਰ ਲਾ ਆ ਕਰਨਾ ਕਰਨਾ ਇਹ ਲੋਕਾਂ ਨੂੰ ਇਹ ਹੁੰਦਾ ਵੀ ਇਹ ਐਮਏ ਕਰ ਗਿਆ ਐਮਐਡ ਕਰ ਗਿਆ ਇਹਨੂੰ ਜਲਦੀ ਨੌਕਰੀ ਨੌਕਰੀ ਲਾਉ ਮੈਂ ਕਹਿੰਦਾ ਨਹੀਂ ਤੂੰ ਹੁਣ ਇੱਕ ਕਰ ਲੈ ਜਿੰਨੇ ਕਾ ਕਰ ਸਕਦਾ ਹੈ ਨੇ ਉਸੇ ਐਮਡ ਕਰਨ ਦੇ ਬਾਅਦ ਇਸ ਨੇ ਉਹ ਕੀਤਾ ਹੈ دوسرا ਐਮਐਮਸੀਆ ਅੱਛਾ ਹਾਂ ਰੈਗੂਲਰ ਕੀਤਾ ਰੈਗੂਲਰ ਕਰਕੇ ਉਹਦਾ ਤਾਂ ਐਡਮਿਸ਼ਨ ਲੈਣੀ ਬਹੁਤ ਮੁਸ਼ਕਲ ਸੀ ਪੰਜਾਬ ਦੇ ਵਿੱਚ ਇਹ ਤੀਜੇ ਨੰਬਰ ਤੇ ਆਇਆ ਸੀ ਹਾਂ ਅੱਛਾ ਸਰ ਹੁਣ ਐਜੂਕੇਸ਼ਨ ਸਿਸਟਮ ਤੁਸੀਂ ਨੇ ਪੁਰਾਣਾ ਵੀ ਦੇਖਿਆ ਜਦੋਂ ਤੁਹਾਡੀ ਜਵਾਨੀ ਦੇ ਟਾਈਮ ਦੇ ਵਿੱਚ ਹੁਣ ਬਜ਼ੁਰਗ ਹੋ ਗਏ ਹੂੰ 80 ਸਾਲ ਦੀ ਉਮਰ ਹੋ ਗਈ ਆ ਹੁਣ ਦਾ এডੂਕੇਸ਼ਨ ਸਿਸਟਮ ਵੀ ਤੁਸੀਂ ਦੇਖ ਰਹੇ ਹੋ ਦੋਨਾਂ ਨੂੰ ਕੰਪੇਅਰ ਕਰਦੇ ਹੋ ਕਿਤੇ ਸੋਚਦੇ ਹੋ ਕੀ ਡਿਫਰੈਂਸ ਲੱਗਦਾ ਦੋਨਾਂ ਸਿਸਟਮ ਦੇ ਵਿੱਚ এডੂਕੇਸ਼ਨ ਸਿਸਟਮ ਦੇ ਫਰਕ ਬਹੁਤ ਜ਼ਿਆਦਾ ਜੀ ਦੇਖਿਆ ਜਾਂਦਾ ਕਿਉਂਕਿ ਮੈਂ ਤਾਂ ਪਹਿਲਾਂ ਤਾਂ ਇਗਜ਼ਾਮ ਦਿੰਦਾ ਆ ਔਰ ਹਰ ਹਰ ਸਾਲ ਨਵੇਂ ਤਰੀਕੇ ਦੇ ਬੱਚਿਆਂ ਦੇ ਨਾਲ ਮੇਰੇ ਮੇਲ ਹੁੰਦਾ ਤੇ ਇਹ ਵੀ ਇੱਕ ਮਤਲਬ ਕਾਰਨ ਹੈ ਇਹ ਮੈਂ ਸੋਚਿਆ ਸੀ ਵੀ ਯੰਗੇ ਯੰਗੇਸਟਰ ਦੇ ਨਾਲ ਬੈਠਦਾ ਤਾਂ ਮੈਂ ਵੀ ਆਪਣੇ ਆਪ ਨੂੰ ਯੰਗ ਫੀਲ ਕਰਦਾ ਤੇ ਇਹ ਇਸ ਕਰਕੇ ਜਿਹੜੇ ਪਹਿਲਾਂ ਜਿਹੜੇ ਐਗਜ਼ਾਮ ਹੁੰਦੇ ਸੀ ਉਹ ਮੇਰੇ ਟਾਈਟਨਸ ਬਹੁਤ ਹੁੰਦੀ ਸੀ ਮਤਲਬ ਨਕਲ ਨਹੀਂ ਸੀ ਮਾਰਦੇ ਨਕਲ ਨਹੀਂ ਸੀ ਔਰ ਇਹ ਮੈਂ ਬਹੁਤ ਸੋਹਣੀ ਗੱਲ ਸਮਝਦਾ ਵੀ ਨਕਲ ਨਾ ਮਾਰਨੀ ਕਿਉਂਕਿ ਜੇ ਨਕਲ ਮਾਰੀ ਤਾਂ ਤੁਸੀਂ ਬਗੈਰ ਜੇ ਕੋਈ ਐਗਜ਼ਾਮ ਪਾਸ ਕੀਤਾ ਹੈ ਤਾਂ ਤੁਹਾਨੂੰ ਕੰਫੀਡੈਂਸ ਤੇ ਤੁਸੀਂ ਆ ਕੀਤਾ ਹੋਇਆ ਔਰ ਤੁਸੀਂ ਸਕਸੈਸਫੁਲ ਵੀ ਹੋਵੋਗੇ ਜਦੋਂ ਤੁਸੀਂ ਨਕਲ ਮਾਰ ਕੇ ਕੋਈ ਚੀਜ਼ ਕੀਤੀ ਹੈ ਤੇ ਤੁਹਾਨੂੰ ਅੰਦਰੋਂ ਤੋਂ ਤੁਹਾਨੂੰ ਪਤਾ ਵੀ ਤੁਹਾਨੂੰ ਮੈਨੂੰ ਆਉਂਦਾ ਤਾਂ ਕੁਝ ਨਹੀਂ ਹੈ ਮੈਂ ਤਾਂ ਨਕਲ ਮਾਰੀ ਹੈ ਤੇ ਇਸ ਕਰਕੇ ਤੁਸੀਂ ਕਿਸੇ ਦੇ ਸਾਹਮਣੇ ਸਟੈਂਡ ਨਹੀਂ ਕਰ ਸਕਦੇ ਇਸ ਕਰਕੇ ਜਦੋਂ ਅਸੀਂ ਪੜ੍ਹੇ ਆ ਇਵਨ ਮੈਂ ਇੰਡੀਨੀ ਕੀਤੀ ਹੈ ਮੈਂ ਡਿਪਲੋਮਾ ਇਹ ਕੀਤਾ ਹੈ ਮੈਨੂੰ ਪਤਾ ਸੀ ਆਈਡੀ ਆਈਆਂ ਅੱਖਾਂ ਸੁੱਜ ਕੇ ਹੋ ਜਾਂਦੀਆਂ ਸੀਗੀਆਂ ਤੇ ਇੰਨਾ ਪੜ੍ਹਦੇ ਹੁੰਦੇ ਸੀ ਹੁਣ ਅੱਜ ਕੱਲ ਮੁੰਡੇ ਕਹਿੰਦੇ ਨਾਨਾ ਟੰਨੇ ਕੀਤੀ ਹੈ ਮਦਰ ਕਾਲਜ ਗਏ ਹੀ ਨਹੀਂ ਤੇ ਕਹਿੰਦੇ ਗਲਤ ਹੈਗੀ ਚੀਜ਼ ਹੈ ਡਿਗਰੀ ਡਿਗਰੀ ਕਰ ਲਈ ਉਹ ਡਿਗਰੀ ਕਰ ਲਈ ਤੁਸੀਂ ਗਏ ਹੀ ਨਹੀਂ ਉਹਦੇ ਤਾਂ ਇਨੇ ਇਨੇ ਓਕੇ ਓਕੇ ਸਬਜੈਕਟ ਪੜ੍ਹਦੇ ਆਂ ਨਹੀਂ ਰੀਡਿੰਗ ਦੇ ਖਾਸ ਕਰਕੇ ਮੈਥ ਹਮ ਮੈਥਮੈਟਿਕਸ ਇਜ਼ ਦੀ ਫਾਦਰ ਆਫ ਇੰਜੀਅਰਸ ਬਿਲਕੁਲ ਤੇ ਮੈਥ ਜਿਹੜਾ ਹੈ ਕਿ ਤੁਸੀਂ ਘਰੇ ਬੈਠੇ ਕਿਵੇਂ ਕਰ ਲਿਆ ਕਿ ਮੈਥ ਉਹਦੇ ਨਵੇਂ ਨਵੇਂ ਫਾਰਮੂਲੇ ਨਵੇਂ ਨਵੇਂ ਫਾਰਮੂਲੇ ਉਹ ਤੇ ਟੀਚਰ ਸਮਝਾਏਗਾ ਕਦੇ ਇਸ ਤਰੀਕੇ ਨਾਲ ਕਦੇ ਇਸ ਤਰੀਕੇ ਨਾਲ ਤੁਹਾਨੂੰ ਆਉਣਗੇ ਮਤਲਬ ਪੜਾਈ ਦੇ ਨਾਲ ਵੀ ਕਿਤੇ ਨਾ ਕਿਤੇ ਅੱਜ ਦੀ ਜਨਰੇਸ਼ਨ ਨੇ ਮਜ਼ਾਕ ਕਰ ਲਿਆ ਮਜ਼ਾਕ ਕਰ ਦਿੱਤਾ ਬਹੁਤ ਮਜ਼ਾਕ ਦੇਖੋ ਨਾਨ ਟੈਂਜੈਂਟ ਮੈਨ ਅਟੈਂਡਿੰਗ ਤੋਂ ਮੈਨੂੰ ਬੜਾ ਮਹਿਸੂਸ ਹੁੰਦਾ ਹੈ ਵੀ ਪੜਾਈ ਦਾ ਸਤਿਆਨਾ ਕਿੰਨਾ ਹੋ ਗਿਆ ਔਰ ਸਾਡੇ ਕੋਲੇ ਆਉਂਦੇ ਰਹੇ ਹੈ ਦੇਖੋ ਅਸੀਂ ਅੱਜ ਗ੍ਰੈਜੂਏਟ ਜਿਹੜੇ ਜਾਂਦੇ ਹੈ ਇਹਨਾਂ ਨੂੰ ਅਸੀਂ ਓਵਰਸੀਅਰ ਵੀ ਨਹੀਂ ਸੀ ਭਰਤੀ ਕਰਦੇ ਇਹ ਨੀਰੀ ਗ੍ਰੈਜੂਏਸ਼ਨ ਵਾਲੀ ਕਿਉਂਕਿ ਜਦੋਂ ਟੈਸਲ ਲੈਂਦਾ ਸੀ ਮੈਂ ਫੇਲ ਹੋ ਜਾਂਦੇ ਇਹ ਇਹ ਚੀਜ਼ ਜਿਹੜੀ ਹੈ ਮੈਂ ਤਾਂ ਇਸ ਕਰਕੇ ਕਹਿਣਾ ਮੈਂ ਹੁਣ ਵੀ ਮੈਂ ਜੇ ਕੋਈ ਮੈਨੂੰ ਮਿਲੇਗਾ ਤਾਂ ਮੈਂ ਉਸ ਨੂੰ ਇਹ ਕਹਾਂਗਾ ਨਕਲ ਨਾ ਮਾਰੀ ਜੇ ਆਪਦੀ ਜ਼ਿੰਦਗੀ ਬਣਾਉਣੀ ਹੈ ਬਿਲਕੁਲ ਵੱਡਾ ਮੈਸੇਜ ਡਾਕਟਰ ਹਰਦੇয়াল ਸਿੰਘ ਜੀ ਦੇ ਵੱਲੋਂ ਦੇ ਦਿੱਤਾ ਗਿਆ ਕਿ ਜੇਕਰ ਜ਼ਿੰਦਗੀ ਬਣਾਉਣੀ ਹੈ ਤਾਂ ਪੜ੍ਹਾਈ ਦੇ ਨਾਲ ਮਜ਼ਾਕ ਨਾ ਕੀਤਾ ਜਾਵੇ ਪੜ੍ਹਾਈ ਨੂੰ ਸੀਰੀਅਸ ਹੋ ਕੇ ਕੀਤਾ ਜਾਵੇ ਸਰ ਸਵਾਲ ਹੁਣ ਜਦੋਂ ਤੁਸੀਂ ਪੇਪਰ ਦੇਣ ਜਾਂਦੇ ਹੋ ਐਗਜ਼ਾਮ ਦੇਣ ਜਾਂਦੇ ਹੋ ਸਾਡੀ ਏਜ ਦੇ ਸਟੂਡੈਂਟ ਜਿਹੜੇ ਨੇ ਤੁਹਾਨੂੰ ਮਿਲਦੇ ਹੋਣਗੇ ਤੁਹਤੋਂ ਉਮਰ ਤੋਂ ਬਹੁਤ ਛੋਟੇ ਸਟੂਡੈਂਟ ਮਿਲਦੇ ਨੇ ਉਹਨਾਂ ਨੇ ਨਹੀਂ ਕਦੇ ਕਿਹਾ ਕਿ ਤੁਹਾਡੀ ਇੰਨੀ ਉਮਰ ਦੇ ਵਿੱਚ ਤੁਸੀਂ ਪੜ ਰਹੇ ਹੋ ਜਾਂ ਕੁਝ ਐਦਾਂ ਉਹਨਾਂ ਨੇ ਤੁਹਾਨੂੰ ਟੀਚਰ ਸਮਝ ਲਿਆ ਹੋਵੇ ਜਾਂ ਕਿ ਐਗਜ਼ਾਮ ਲੈਣ ਆਏ ਨੇ ਜਾਂ ਸੁਪਰਡੈਂਟ ਆ ਚੁੱਕੇ ਨੇ ਇਸ ਤਰ੍ਹਾਂ ਦਾ ਕੁਝ ਹੋਇਆ ਕਦੇ ਇਨਸੀਡੈਂਟ ਤੁਹਾਡੇ ਇਹ ਤੇ ਉਹ ਬੱਚਿਆਂ ਨੇ ਤਾਂ ਇਹ ਸੋਚਣਾ ਹੀ ਸੀ ਭਈ ਭਈ ਪਤਾ ਨਹੀਂ ਇਗਜ਼ਾਮ ਲੈਣ ਆਏ ਆ इवन ਜਿਹੜੇ ਇਗਜ਼ਾਮ ਲੈ ਇਗਜ਼ਾਮ ਲੈ ਰਹੇ ਨੇ ਉਹ ਵੀ ਕਈ ਵਾਰ ਕਹਿ ਨਹੀਂ ਦਿੰਦੇ ਸੀ ਕਿ ਭਈ ਦੂਸਰਾ ਕੋਈ ਚੈੱਕ ਕਰਾਏ ਜੋ ਫਨ ਨਾ ਉਹ ਇਸ ਤਰੀਕੇ ਨਾਲ ਤੇ ਫਿਰ ਮੈਂ ਕਹਿੰਦਾ ਨਹੀਂ ਮੈਂ ਖੁਦ ਇਗਜ਼ਾਮ ਦੇਣਾ ਕਈ ਵਾਰ ਇਹ ਕਹਿਣਗੇ ਭਈ ਤੁਸੀਂ ਤੁਹਾਡਾ ਬੱਚਾ ਤੁਸੀਂ ਬਾਹਰ ਜਾਓ ਬੱਚਾ ਇਗਜ਼ਾਮ ਦੇ ਕੇ ਆਇਊਗਾ ਮੈਂ ਮੈਂ ਕਿ ਬੱਚਾ ਕਿਹੜਾ ਇਗਜ਼ਾਮ ਦੇ ਕੇ ਆਇਆ ਬੱਚਾ ਤਾਂ ਮੈਂ ਮੈਂ ਹੀ ਆ ਹੇ ਭਾਈ ਰਾਮ ਤਾਂ ਮੈਂ ਦੇਣਾ ਹੋ ਇਸ ਤਰੀਕੇ ਨਾਲ ਮੇਰੇ ਬੱਚੇ ਨਾਲ ਵੀ ਇੱਕ ਵਾਰ ਹੋਈ ਇਹ ਇਹ ਛੋਟਾ ਸੀ ਬਹੁਤ ਇਹਨੂੰ ਮੈਂ ਜੋ ਗਿਆਨੀ ਦੇ ਇਗਜ਼ਾਮ ਦੇ ਵਿੱਚ ਗਵਰਨਮੈਂਟ ਕਾਲਜ ਗਿਆ ਇਹਨੂੰ ਅੰਦਰ ਜੋ ਦਾਖਲ ਕਰਾਉਣ ਗਿਆ ਕਹਿੰਦਾ ਸੁਪਰੀ ਆ ਗਿਆ ਕਹਿੰਦਾ ਇਹਨੂੰ ਬੱਚੇ ਨੂੰ ਬਾਹਰ ਰੱਖੋ ਜੀ ਇਹਦੀ ਮੰਮੀ ਆ ਜਾਊਗੀ ਇਗਜ਼ਾਮ ਦੇਖੇ ਮੈਂ ਕਿ ਬੱਚਿਆਂ ਬਾਹਰ ਕਿ ਮਮੀ ਜਿਹੜੀ ਦਾਨ ਦੇ ਕੇ ਅਜੂ ਕੀ ਐਗਜ਼ਾਮ ਤਾਂ ਇਹਨਾਂ ਦੇਣਾ ਇਹਨਾਂ ਦੇਣਾ ਉਹ ਐ ਇਹੋ ਉਹ ਸਰਾ ਐਸ ਤੋਂ ਇਹ ਕਰ ਲੈਂਦੇ ਨੇ ਮਤਲਬ ਇਹ ਜੀ ਛੋਟੀ ਦੇ ਵਿੱਚ ਹੀ ਤੁਹਾਡੇ ਬੱਚਿਆਂ ਨੇ ਛੋਟੀ ਛੋਟੀ ਏਜ ਦੇ ਵਿੱਚ ਇਸ ਵੇਲੇ ਇਹੇ ਕਰਕੇ ਇਹਨਾਂ ਨੂੰ ਕਿਉਂਕਿ ਪਲਾਸਟੂ ਕਰਨ ਦੇ ਬਾਅਦ ਇਹ ਡਾਇਰੈਕਟਰ ਡਿਗਰੀ ਵਗੈਰਾ ਦੇ ਵਿੱਚ ਨਹੀਂ ਜਾ ਸਕੇ ਕਿਉਂਕਿ ਇਹ ਉਮਰ ਘੱਟ ਸੀ ਉਸ ਦੇ ਘੱਟੋ ਘੱਟ ਜਿਹੜੀ ਉਮਰ ਚਾਹੀਦੀ ਹੈਗੀ ਆ ਉਹ 18 ਸਾਲ ਚਾਹੀਦੀ ਹੈ ਇਹ 15-15 ਸਾਲ ਦੀ ਇਹਨਾਂ ਨੇ ਕੀਤੀ ਹੋਈ ਹੈ ਇਹਨਾਂ ਨੇ। ਅੱਛਾ। 15 ਸਾਲ ਦੇ ਵਿੱਚ ਇਹਨਾਂ ਨੇ ਪਲੱਸ 2 ਕਰ ਲਈ ਸੀ। ਇਹ ਸਾਰੇ ਸਾਰਿਆਂ ਨੇ। ਸਾਰਿਆਂ ਨੇ। ਹਾਂ, ਇੱਛਾ। ਅੱਛਾ ਸਰ ਆਖਰੀ ਸਵਾਲ ਕਰਨਾ ਚਾਹੂੰਗਾ। ਅੱਜ ਕੱਲ ਦੀ ਜਦੋਂ ਜਨਰੇਸ਼ਨ ਦੇਖਦੇ ਹੋਂ ਤੁਹਾਡੇ ਸਾਹਮਣੇ ਪਲੱਸ 2 ਕੀਤੀ, ਆਈਲੈਂਡਸ ਕੀਤੀ ਤਾਂ ਫੌਰਨ ਚਲੇ ਜਾਂਦੇ ਨੇ। ਕਾਫੀ ਬਹੁਤ ਜ਼ਿਆਦਾ ਕ੍ਰੇਸ ਹੋ ਗਿਆ। ਤੁਹਾਡੇ ਕੋਲ ਇੰਨੀ ਜ਼ਿਆਦਾ ਪੜ੍ਹਾਈ ਸੀ ਕਿ ਤੁਸੀਂ ਵੀ ਆਰਾਮ ਦੇ ਨਾਲ ਜਾ ਸਕਦੇ ਸੀ। ਹੁਣ ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੂੰਗਾ ਜਿਹੜੇ ਪਲੱਸ 2 ਤੋਂ ਬਾਅਦ ਅੱਗੇ ਨਹੀਂ ਪੜ੍ਹਨਾ ਚਾਹੁੰਦੇ ਜਾਂ ਅੰ ਦੇਸ਼ ਦੇ ਵਿੱਚ ਪੰਜਾਬ ਦੇ ਵਿੱਚ ਨਹੀਂ ਰਹਿਣਾ ਚਾਹੁੰਦੇ ਉਹ ਜਦੋਂ ਫੋਰਨ ਚਲੇ ਜਾਂਦੇ ਨੇ ਉਸੇ ਟਾਈਮ ਫੋਰਨ ਚਲੇ ਜਾਂਦੇ ਨੇ ਆਪਣਾ ਦੇਸ਼ ਛੱਡ ਕੇ ਮੈਂ ਮੇਰੇ ਇਵਨ ਰਿਲੇਟਿਵਸ ਵੀ ਹੈਗੇ ਨਹੀਂ ਖਾਸ ਕਰਕੇ ਮੇਰੇ ਸਹੁਰਿਆਂ ਵੱਲੋਂ ਫੋਰਨ ਦੇ ਵਿੱਚ ਹੈਗੇ ਨਹੀਂ ਔਰ ਉਹ ਮੈਨੂੰ ਜ਼ੋਰ ਵੀ ਲਗਾਉਂਦੇ ਰਹਿੰਦੇ ਆ ਕਿ ਤੁਸੀਂ ਆ ਜਾਓ ਆ ਜਾਓ ਸਾਡੇ ਕੋਲ ਇਸ ਤਰ੍ਹਾਂ ਪਰ ਮੈਂ ਨਹੀਂ ਮੈਂ ਕਰੀ ਵੀ ਇਸ ਇਹ ਨਹੀਂ ਸੋਚਿਆ ਮੈਂ ਫੋਰਨ ਪਹਿਲਾਂ ਸੀਕਮ ਦੇ ਵਿੱਚ ਸੀਕਮ ਉਹ ਅਲੱਗ ਦੇਸ਼ ਹੁੰਦਾ ਸੀ ਤੇ ਮੈਂ ਉਥੇ ਸਰਵਿਸ ਕੀਤੀ ਹੋਈ ਹੈ ਪਹਿਲਾਂ ਮੈਂ ਪੁਟਾਨ ਦੇ ਵਿੱਚ ਗਿਆ ਹਾਂ ਜੇ ਬੰਗਲਾਦੇਸ਼ ਪਾਕਿਸਤਾਨ ਜਿਹੜਾ ਪਹਿਲਾਂ ਆਇਆ ਸੀਗਾ ਉੱਥੇ ਗਿਆ ਹੋਇਆ ਮੈਂ ਚੀਨ ਦੇ ਵਿੱਚ ਗਿਆ ਹੋਇਆ ਮੈਂ ਬਰਮਾ ਦੇ ਵਿੱਚ ਗਿਆ ਹੋਇਆ ਮੈਂ ਤੇ ਇਹ ਸਰਵਿਸ ਦੇ ਦੌਰਾਨੀ ਤੇ ਮੈਨੂੰ ਬਾਹਰ ਜਾਣ ਦੀ ਲਾਲਸਾ ਨਹੀਂ ਹੈ ਔਰ ਦੂਸਰਾ ਪੈਸੇ ਨਾਲ ਮੈਨੂੰ ਇੰਨਾ ਜਿਹਾ ਪਿਆਰ ਨਹੀਂ ਹੈ ਸਾਰੇ ਤੋਂ ਵੱਡੀ ਗੱਲ ਤੁਸੀਂ ਦੇਖੋ ਮੇਰੇ ਘਰ ਤੇ ਇਹ ਮੈਂ ਹੁਣ ਇਹ ਵੀ ਨਹੀਂ ਕਿ ਮੈਂ ਕਿ ਹੁਣ ਬੱਚੇ ਹੋਗੇ ਮੈਂ ਬੱਚੇ ਕਹਿੰਨਾ ਵੀ ਆਪਾਂ ਚੱਲੀਏ ਇਹ ਨਹੀਂ ਕਿ ਘਰ ਦੇ ਵਿੱਚ ਪਿਆਰ ਹੈ ਇਹ ਹੈ ਉਹ ਹੈ ਮੈਂ ਕਿ ਹੁਣ ਪਿਆਰ ਇਸ ਨੂੰ ਛੱਡੋ ਵੀ ਬਾਹਰ ਚਲੋ ਤੁਹਾਡੇ ਸਾਰੇ ਤਿੰਨਾਂ ਕੋਲੇ ਕਾਰਾਂ ਤੇ ਉਹ ਆਉਂਦਾ ਤਾਂ ਕਹਿੰਦਾ ਜੋ ਕਾਰ ਤੇ ਆਉਂਦਾ ਜਾਂ ਜਹਾਜ਼ੇ ਆਉਂਦਾ ਉਹਨੂੰ ਵੀ ਇਹ ਹੁੰਦਾ ਤੇ ਪਰ ਪਹਿਲਾਂ ਇੱਕ ਦਿਨ ਕਹਿੰਦਾ ਵੀ ਸੀ ਅਸੀਂ ਮਾਚਲ ਸੈਰ ਕਰਨ ਵਾਸਤੇ ਗਏ ਸੀ ਕਹਿੰਦਾ ਡੈਡੀ ਜੀ ਬਾਹਰ ਨਹੀਂ ਰੋਈ ਤੇ ਮਿਸ਼ਕਲ ਹੁਣ ਉਹ ਕਹਿੰਦੇ ਨਹੀਂ ਜੀ ਇਥੇ ਇਥੇ ਪਿਆਰ ਹੈਗਾ ਇਹਦਾ ਬਾਹਰ ਲੈਣਾ ਲੈ ਲੋ ਇਹ ਨਾ ਬੇਚੂ ਨਾ ਮੈਂ ਕਿਹਾ ਨਹੀਂ ਬੇਚਦੇ ਨਹੀਂ ਆਪਾਂ ਲੈ ਲਾਂਗੇ ਹੁਣ ਸੋਚਦੇ ਆ ਲੈਣ ਵਾਸਤੇ ਪਰ ਸਿਰਫ ਇੱਕ ਹੀ ਡਰ ਲੱਗਦਾ ਅੱਜ ਕੱਲ੍ਹ ਦੁਨੀਆ ਜਿਹੜੀ ਧੋਖੇਬਾਜ਼ ਬਹੁਤ ਹੈ ਤੇ ਉਹ ਧੋਖੇ ਤੋਂ ਡਰ ਲੱਗਦਾ ਵੀ ਧੋਖਾ ਨਾ ਹੋ ਜੇ ਕਿਉਂਕਿ ਹਰ ਰੈਂਡਮ ਕੋਈ ਪੈਸਾ ਇਧਰ ਉਧਰ ਤੋਂ ਕਮਾਇਆ ਨਹੀਂ ਤੇ ਮੈਂ ਮੁਸ਼ਕਲਾਂ ਨਾਲ ਪੈਸਾ ਜੋੜਿਆ ਹੈ ਜੋ ਹੈ ਬਿਚਲ ਕਰ ਤੇ ਲੱਗ ਜੇ ਬੱਚੇ ਆਪ ਦਾ ਉੱਥੇ ਰਹਿਣਗੇ ਮੰਨਤੇ ਤਾਂ ਹੈ ਪਰ ਮੈਨੂੰ ਉਹ ਜ਼ਿਆਦਾ ਪੈਸੇ ਨਾਲ ਪਿਆਰ ਨਹੀਂ ਹੈ ਮੇਰਾ ਮਨ ਜਿਹੜਾ ਹੈ ਹਮੇਸ਼ਾ ਤੁਸੀਂ ਜਿਹੜੇ ਬਾਹਰ ਲੈ ਜਾਣ ਦੀ ਗੱਲ ਕਰਕੇ ਮੈਂ ਬਾਹਰ ਜਾਣ ਲਈ ਇਸ ਕਰਕੇ ਪੈਸੇ ਪਿੱਛੇ ਹੀ ਜੋਗ ਜਾਂਦੇ ਆ ਮੈਨੂੰ ਜਿਹੜੇ ਬਹੁਤ ਸਾਰੇ ਸਲਾਹ ਲੈਣ ਆਉਂਦੇ ਆ ਮੈਂ ਉਹਨਾਂ ਨੂੰ ਡਿਸਕਰੇਜ ਕਰਦਾ ਵੀ ਤੁਸੀਂ ਉੱਥੇ ਜਾ ਕੇ ਸੜਕਾਂ ਦੇ ਝਾੜੂ ਮਾਰਨਾ ਇੱਥੇ ਕੰਮ ਕਰੋ ਜੋ ਜਿੰਨੇ ਪੈਸੇ ਮੈਨੇ ਥੋੜੇ ਮੈਨੇ ਤੁਸੀਂ ਦੇਸ਼ ਤੇ ਬੈਠੇ ਹੋ ਆਪ ਦੇ ਦੇਸ਼ੀ ਕਰੋ ਜਿੰਨਾ ਵੀ ਦੇਸ਼ ਦੇ ਵਾਸਤੇ ਤੁਸੀਂ ਕਰ ਸਕਦੇ ਕਰੋ ਇਹ ਨਾ ਸੋਚੋ ਦੇਸ਼ ਨੇ ਤੁਹਾਨੂੰ ਕੀ ਦਿੱਤਾ ਤੁਸੀਂ ਦਿਓ ਦੇਸ਼ ਨੂੰ ਜੋ ਕੁਝ ਦੇ ਸਕਦੇ ਹੋ ਬਿਲਕੁਲ ਅੱਛਾ ਸਰ ਬਿਲਕੁਲ ਆਖਰੀ ਸਵਾਲ ਕਰੂੰਗਾ 80 ਸਾਲ ਦੀ ਉਮਰ ਹਾਲੇ ਤੱਕ ਪੜ ਰਹੀ ਹਾਂ ਸਫਰ ਜਾਰੀ ਰਹੂਗਾ ਸਫਰ ਪੜਾਈ ਦਾ ਸਫਰ ਜਾਰੀ ਹੈ ਹੁਣ ਵੀ ਮੈਂ ਪੜਦਾ ਇਹ ਨਹੀਂ ਬਈ ਮੈਂ ਇਗਜ਼ਾਮ ਇਗਜ਼ਾਮ ਦੇਣ ਦਾ ਮੈਂ ਤੁਹਾਨੂੰ ਪਹਿਲਾਂ ਦੱਸਿਆ ਇਗਜ਼ਾਮ ਦੇਣ ਦਾ ਮੈਨੂੰ ਮੇਨ ਮਕਸਦ ਇਹ ਸੀ ਕਿ ਆਦਮੀ ਥੋੜਾ ਲਈ ਇੱਕ ਚੀਜ਼ ਨੂੰ ਪੜ੍ਹ ਲੈਂਦਾ ਤੇ ਰੀਜੀ ਨਹੀਂ ਵੀ ਇੰਟਰਸਟਿੰਗ ਉਹਨੂੰ ਵੀ ਪੜ੍ਹ ਲੈਂਦਾ ਉਹਨੂੰ ਵੀ ਆਧਵੀ ਗ੍ਰੈਸਪ ਕਰਨ ਦੀ ਕੋਸ਼ਿਸ਼ ਕਰਦਾ ਹੈਗਾ ਤੇ ਜੇ ਤੁਹਾਨੂੰ ਅਗਧਾਮ ਨਹੀਂ ਦੇਣਾ ਤਾਂ ਤੁਹਾਨੂੰ ਹੁੰਦਾ ਮੈਂ ਕਿਹੜਾ ਧਿਆਨ ਦੇਣਾ ਛੱਡੋ ਪਰੇ ਇਸ ਨੂੰ ਆ ਇੰਟਰਸਟਿੰਗ ਹੈ ਪਰ ਕਰੇ ਕਰੇ ਪਰ ਹੁਣ ਵੀ ਮੈਂ ਪੜ੍ਹਦਾ ਨਹੀਂ ਨਾ ਔਰ ਹੁਣ ਵੀ ਮੇਰਾ ਮਨ ਹੈ ਮੈਂ ਉਹ ਵੀ ਕੋਸ਼ਿਸ਼ ਕਰ ਰਿਹਾ ਹਾਂ ਉਹਨਾਂ ਕੋਰੋਨਾ ਕੁਝ ਘਟਿਆ ਤੇ ਹੁਣ ਸ਼ਾਇਦ ਕਿਸੇ ਯੂਨੀਵਰਸਿਟੀ ਵੱਲੋਂ ਕੋਈ ਨਾ ਕੋਈ ਕੋਰਸ ਨਿਕਲ ਨਵੇਂ ਨਵੇਂ ਕੋਰਸਾਂ ਉਹ ਵੀ ਹਾਂਜੀ ਉਹ ਵੀ ਹੈ ਮੈਨੂੰ ਖਾਸ ਕਰਕੇ ਪੁਲਿਸ ਐਡਮਿਨਿਸਟ੍ਰੇਸ਼ਨ ਕਰਨ ਦੀ ਮੈਨੂੰ ਮੇਰੇ ਮਨ ਦੇ ਵਿੱਚ ਇੱਛਾ ਹੈ ਪੁਲਿਸ ਐਡਮਿਨਿਸਟ੍ਰੇਸ਼ਨ ਦੇ ਵਲ ਮੈਂ ਪੁਲਿਸ ਵਾਲਿਆਂ ਨੂੰ ਉਹਨੂੰ ਫਲੋਰ ਵੀ ਲਿਖਿਆ ਹੈ ਗੁਰਨਾਨਕ ਦੇਵ ਯੂਨੀਵਰਸਿਟੀ ਉਹ ਕਹਿੰਦੇ ਗੁਰਨਾਨਕ ਦੇਵ ਯੂਨੀਵਰਸਿਟੀ ਅੰਡਰ ਹੈ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਾਲਿਆਂ ਨੇ ਵੀ ਲਿਖਿਆ ਉਹ ਕਹਿੰਦੇ ਤੁਸੀਂ ਫਲੋਰ ਵਾਲਿਆਂ ਨਾਲ ਗੱਲ ਕਰ ਲਓ ਅਸੀਂ ਤਿਆਰ ਹਾਂ ਹੁਣ ਉਹ ਦੋਹਾਂ ਪਾਸੇ ਉਹਨਾਂ ਦਾ ਉਹ ਉਹਨਾਂ ਨੇ ਕਹਿ ਨਹੀਂ ਉਹਨਾਂ ਕਹਿ ਰਹੇ ਕਿ ਮੈਂ ਕਿਵੇਂ ਕਰੂੰਗਾ ਕੋਈ ਨਹੀਂ ਇਹ ਮੈਨੂੰ ਮੇਰੇ ਮਨ ਦੇ ਵਿੱਚ ਉਹ ਐਮਏ ਹੈਗੀ ਹੈ ਪੁਲਿਸ ਦਾ ਐਡਮਿਨਿਸਟ੍ਰੇਸ਼ਨ ਦੀ ਤੇ ਇਹਨਾਂ ਨੇ ਇੱਕ ਡਿਪਲੋਮਾ ਵੀ ਸ਼ੁਰੂ ਕੀਤਾ ਹੈ ਪਰ ਆ ਕਰੋਨਾ ਕਰਕੇ ਬੰਦ ਹੋਇਆ ਹੋਇਆ ਹੈ ਤੇ ਸ਼ਾਇਦ ਉਹ ਦੁਬਾਰਾ ਚਲਾਉਣੇ ਪੰਜਾਬੀ ਯੂਨੀਵਰਸਿਟੀ ਨੇ ਤੇ ਪੰਜਾਬੀ ਯੂਨੀਵਰਸਿਟੀ ਹਾਲਤ ਵੀ ਥੋੜੀ ਜਿਹੀ ਤਰਕੀ ਰਹੀ ਸੀ ਤੇ ਸ਼ਾਇਦ ਠੀਕ ਹੋ ਜਾਏਗੀ ਤਾਂ ਫਿਰ ਉਹ ਮੇਰੇ ਮੰਦੇ ਵਿੱਚ ਆਏ ਕਰਨ ਬਹੁਤ ਸ਼ੁਕਰੀਆ ਸਰ ਬਹੁਤ ਧੰਨਵਾਦ ਬਹੁਤ ਅੱਜ ਦੇ ਯੂਥ ਦੇ ਲਈ ਬਹੁਤ ਇਨਸਪੀਰੇਸ਼ਨ ਤੁਸੀਂ ਦਿਖਾ ਰਹੇ ਹੋ ਕਿ ਕਿਸ ਤਰ੍ਹਾਂ ਦੇ ਨਾਲ ਜਨੂਨ ਦੇ ਨਾਲ ਜੇਕਰ ਬੰਦਾ ਚਾਹੇ ਤਾਂ ਕੁਝ ਵੀ ਕਰ ਸਕਦਾ ਬਹੁਤ ਥੈਂਕ ਯੂ ਮੇਰਾ ਮੇਰਾ ਤਾਂ ਇਹੀ ਸਾਰਿਆਂ ਨੂੰ ਬੇਨਤੀ ਹੈ ਬਈ ਪੜਨ ਨੂੰ ਤੁਸੀਂ ਠੀਕ ਹੈ ਪਰ ਪੈਸਾ ਵੀ ਜ਼ਰੂਰੀ ਹੈ ਪਰ ਸਿਰਫ ਇਕੱਲਾ ਪੈਸੇ ਨੂੰ ਖੜਾ ਕੇ ਨਾ ਪੜੋ ਪੜਾਈ ਤਾਂ ਜਿੰਦਗੀ ਸਿੱਖਣਾ ਤਾਂ ਆਦਮੀ ਵਾਸਤੇ ਜਿੰਨੇ ਦੇ ਆਦਮੀ ਜਿਉਂਦਾ ਹੈ ਉਹਦੇ ਸਿੱਖਣਾ ਜ਼ਰੂਰੀ ਹੈ ਇਹ ਨਹੀਂ ਬਈ ਮੈਂ ਤਾਂ ਮਰ ਜਾਣਾ ਮਰ ਜਾਣਾ ਜਦੋਂ ਮਰਨਾ ਤਾਂ ਉਹ ਤਾਂ ਮੌਤ ਤਾਂ ਟਲ ਹੈ ਉਹ ਤਾਂ ਆਉਣਾ ਹੀ ਹੈ ਤੇ ਤੁਸੀਂ ਆਪ ਦਾ ਤੁਹਾਡਾ ਕੰਮ ਜਿਹੜਾ ਤੁਸੀਂ ਆਪ ਦਾ ਕਰੀ ਜਾਓ ਮਤ ਆਪ ਦਾ ਕੰਮ ਕਰੀ ਜਾਓ ਜੀ ਬਹੁਤ ਤੰਨ ਸੋ ਡਾਕਟਰ ਹਰਦੇয়াল ਸਿੰਘ ਜਿਹੜੇ ਦੇਸ਼ ਦੇ ਵਿੱਚ ਸਭ ਤੋਂ ਵੱਧ ਡਿਗਰੀ ਹੋਲਡਰ ਸ਼ਖਸੀਅਤ ਕਹੇ ਜਾ ਸਕਦੇ ਨੇ ਤਕਰੀਬਨ 40 ਪਲੱਸ ਡਿਗਰੀਜ਼ ਜਿਹੜੀਆਂ ਨੇ ਇਹਨਾਂ ਦੇ ਵੱਲੋਂ ਹਾਸਲ ਕੀਤੀਆਂ ਜਾ ਚੁੱਕੀਆਂ ਨੇ ਇਹਨਾਂ ਕਹਿੰਦੇ ਕਿ 48 ਡਿਗਰੀਜ਼ ਤਾਂ ਹਾਸਲ ਕਰ ਚੁੱਕੇ ਆ ਪਰ ਕਾਊਂਟ ਉਹਨਾਂ ਨੂੰ 41 ਕਰ ਦਿੰਦੇ ਨੇ ਜਿਹੜਾ ਸਿਲਸਲਾ ਹੁਣ ਅੱਗੇ ਵੀ 80 ਸਾਲ ਦੀ ਉਮਰ ਦੇ ਵਿੱਚ ਵੀ ਜਾਰੀ ਆ ਵੱਡਾ ਸਨੇਹਾ ਉਹਨਾਂ ਨੌਜਵਾਨਾਂ ਨੂੰ ਦੇ ਰਹੇ ਨੇ ਜਿਹੜੇ ਪਲੱਸ 2 ਕਰਨ ਤੋਂ ਬਾਅਦ ਆਈਲੈਂਡਸ ਕਰਕੇ ਦੇਸ਼ ਛੱਡ ਕੇ ਪੰਜਾਬ ਛੱਡ ਕੇ ਫੋਰਨ ਦੇ ਵਿੱਚ ਜਾਂਦੇ ਨੇ ਕਿ ਪੜ੍ਹਾਈ ਕਦੇ ਨਾ ਛੱਡੋ ਜਨੂਨ ਦੇ ਨਾਲ ਚੰਗੇ ਮਿਹਨਤ ਦੇ ਨਾਲ ਬਿਨਾ ਨਕਲ ਮਾਰੇ ਪੜੋ ਡਾਕਟਰ ਹਰਦੀਾਲ ਸਿੰਘ ਜੀ ਦੇ ਨਾਲ ਤੁਹਾਨੂੰ ਸਾਡੀ ਇਹ ਗੱਲਬਾਤ ਕਿਸ ਤਰ੍ਹਾਂ ਦੇ ਨਾਲ ਲੱਗੀ ਆਪਣੀ رائے ਸਾਨੂੰ ਕਮੈਂਟ ਬਾਕਸ ਤੇ ਰਹੀਂ ਜ਼ਰੂਰ ਦਿਓ ਪੰਜਾਬੀ ਲੁੱਕ ਚੈਨਲ ਦੇਖਦੇ ਰਹੋ ਧੰਨਵਾਦ